ਕੋਟਲਾ ਵੱਡੇ ਮਾਣ ਸਮਾਨ ਜਿਹੜੇ ਪੂਜੇ ਕਰਕੇ ਗਿਆ। ਇੱਧਰ ਲੱਕੀ ਹੋਣੀ ਗੁਰੀ ਕੂਨਰ ਹੋਣੀ ਸਾਡੇ ਵੀਰ ਕਹਿੰਦੇ ਲਾਲੀ ਕੂਨਰ ਕਾਂਤਾ ਸੈਕਟਰੀ ਨਾਲ ਮੰਨਾ ਕੂਨਰ ਸੁਖੀ ਸੋਮਲ ਸੁਖੀ ਸੋਮਲ ਟੀਮ ਬੀ ਗਰਾਊਂਡ ਦੇ ਵਿੱਚ ਖੜੀ ਆ ਇੰਦਰਗੜ੍ਹ ਦੀ ਟੀਮ ਨੂੰ ਲਾਟ ਸਿੱਧਾ 55-55 100 ਹੈ ਕਹਿੰਦੇ ਸੁਖੀ ਸੋਮਲ ਸੁਣਦੇ ਆ ਰਿਪੋਰਟ ਕਰਨ ਬੀ ਗਰਾਊਂਡ ਦੇ ਵਿੱਚ ਤੇ ਧਲੇਰ ਕਲਾਂ ਦੀ ਟੀਮ ਬੀ ਗਰਾਊਂਡ ਦੇ ਵਿੱਚ ਖੜੀ ਆ ਸੁਖੀ ਸੋਮਲ ਨਾਲ ਕਹਿੰਦੇ ਪਵਿੱਤਰ ਗਰੇਵਾਲ ਹੋਣੀ ਵਿਸ਼ੇਸ਼ ਤੌਰ ਤੇ ਚੱਲ ਕੇ ਆਇਆ ਸਾਡੇ ਵੀਰ ਖੰਨੇ ਤੋਂ 55-55 ਜੰਗੀਆਣਾ ਤੇ ਕਲਸੀਆਂ ਟੌਪ ਦੀਆਂ ਟੀਮਾਂ ਅੱਜ ਦੇ ਇਸ ਟੂਰਨਾਮੈਂਟ ਦੇ ਉੱਤੇ ਪੁੱਜੀਆਂ ਹੋਈਆਂ ਨੇ। ਸਾਰੇ ਦਰਸ਼ਕ ਵੀਰਾਂ ਦੀ ਇੱਕੋ ਹੀ ਮੰਗ ਆ ਕਿ ਗਰਾਊਂਡ ਆ ਜਿਹੜਾ ਬਿਲਕੁਲ ਕਲੀਅਰ ਕਰ ਦਿੱਤਾ ਜਾਵੇ। ਇਹ ਸਾਡੇ ਵੀਰਾਂ ਵੱਲੋਂ ਬੇਨਤੀ ਕੀਤੀ ਗਈ ਆ ਗੁਰੀ ਹੋਣਾ ਵੱਲੋਂ। ਇਸ ਮੈਚ ਦੇ ਵਿੱਚੋਂ ਚੱਕਰ ਦੀ ਟੀਮ ਦੇ 4 ਪੁਆਇੰਟ ਨੇ ਤੇ ਬਲੇਰ ਖਾਨਪੁਰ ਕਪੂਰਥਲਾ ਦੀ ਟੀਮ ਦੇ 9.5 ਪੁਆਇੰਟ ਨੇ ਜੀ। ਬਲੇਰ ਖਾਨਪੁਰ ਦੀ ਟੀਮ ਜੇਤੂ ਆ ਜੀ, ਨੋਟ ਕਰ ਲਿਓ ਵੀਰ ਜੀ ਸਟੇਜ ਦੇ ਉੱਤੇ। ਹੁਣ ਦਰਸ਼ਕ ਵੀਰਾਂ ਦੀ ਇੱਕੋ ਇੱਕ ਬੇਨਤੀ ਹੈ ਕਿ ਗਰਾਊਂਡ ਜਿਹੜੇ ਖਿਡਾਰੀ ਖੇਡ ਗਏ ਨੇ ਜਿਨ੍ਹਾਂ ਨੇ ਅੱਗੇ ਵੀ ਖੇਡਣਾ ਉਹ ਪਲੀਜ਼ ਨੀਚੇ ਬਹਿ ਜਾਣ, ਕਿਉਂਕਿ ਮੈਚ ਪੂਰਾ ਚੋਟੀ ਦਾ, ਚੋਟੀ ਦੀਆਂ ਟੀਮਾਂ ਤੇ ਚੋਟੀ ਦਾ ਮੈਚ ਦੋਨੋਂ ਟੀਮਾਂ ਦੇ ਦਰਮਿਆਨ ਗਰਾਊਂਡ ਦੇ ਵਿੱਚ। ਦਵਿੰਦਰ ਸਿੰਘ ਜੀ ਨਿਊਜ਼ੀਲੈਂਡ, ਬਾਂਟੀ ਬਾਂਟੀ ਕੈਨੇਡਾ, ਦਵਿੰਦਰ ਨਿਊਜ਼ੀਲੈਂਡ ਅਤੇ ਦਲਵੀਰ ਸਿੰਘ ਜੀ ਯੂ ਐਸ ਏ। ਇਹਨਾਂ ਵੱਲੋਂ ਕਿੰਨੀ ਮਾਇਆ ਲੈ ਵੀ ਮਨਦੀਪ 500 ਰੁਪਈਆ 500 ਰੁਪਈਆ ਪਹਿਲੇ ਪੁਆਇੰਟ ਦਾ ਲੈ ਵੀ ਚੱਕਰ ਵਾਲਿਓ, ਤੁਸੀਂ ਪਹਿਲਾ ਜੱਫਾ ਲਾਇਆ ਸੀ ਔਰ ਇਹ ਤੁਹਾਡੀ ਮਾਇਆ ਮੇਰੇ ਹੱਥ ਵਿੱਚ ਹੈ ਅਜੇ ਵੀ। ਵੀਰੀ ਉਹਨਾਂ ਨੂੰ ਬੇਨਤੀ ਆ ਵੀ 300 ਰੁਪਈਆ ਪਹਿਲੇ ਜੱਫੇ ਦਾ ਮੇਰੇ ਤੋਂ ਜ਼ਰੂਰ ਲੈ ਕੇ ਜਾਣ, ਇਹ ਪਹਿਲੇ ਜੱਫੇ ਦਾ ਜਿਹੜਾ 300 ਲੈ ਵੀ ਚਾਚਾ ਵਧਾਈ ਹੈ ਤੈਨੂੰ, ਤੇਰੀ ਟੀਮ ਜਿਹੜੀ ਜਿੱਤ ਗਈ ਮੈਚ ਵਿੱਚੋਂ। ਬਲੇਰ ਖਾਨਪੁਰ ਦੀ ਟੀਮ ਕਿੰਨੀ ਵੀਰ ਜੇਤੂ ਰਹੀ ਆ ਨੋਟ ਕਰ ਲਈ। ਵੀ ਪ੍ਰਬੰਧਕ ਵੀਰਾਂ ਨੂੰ ਬੇਨਤੀ ਆ ਬੀ ਗਰਾਊਂਡ ਦੇ ਵਿੱਚ ਸਪਰੇ ਪੁੱਜਦੀ ਕਰ ਦੇਣ। ਪ੍ਰੀਤਪਾਲ ਆਸਟ੍ਰੇਲੀਆ, ਜੱਸੀ ਮਾਂਗਟ ਬਾਂਟੀ ਕੈਨੇਡਾ, ਦਵਿੰਦਰ ਨਿਊਜ਼ੀਲੈਂਡ ਇਹਨਾਂ ਵੱਲੋਂ 500 ਰੁਪਈਆ ਇਸੇ ਮੈਚ ਦੀ ਪਹਿਲੀ ਕਬੱਡੀ ਉੱਤੇ ਵੱਡੇ ਮਾਣ ਦਿੱਤੇ ਜਾਣਗੇ। ਉਧਰ ਕਾਲਾ ਰੌਣੀ ਵਾਲਾ ਸਾਡਾ ਵੀਰ ਵਿਸ਼ੇਸ਼ ਤੌਰ ਤੇ ਕਹਿੰਦੇ ਪੁੱਜਿਆ ਗਰਾਊਂਡ ਚ ਟੈਂਕੀ ਖੜੀ ਆ, ਉਹਦੇ ਕੋਲੋਂ ਬੰਦੇ ਖੜੇ ਦਾ ਇੰਤਜ਼ਾਰ ਕਰਦੇ ਨੇ ਪੱਪੂ ਚਕੋਈ ਵਾਲਾ। 100 ਬਿੱਲੂ 5 ਅਤੇ ਕਹਿੰਦੇ ਕਟਾਣੀ ਵੱਲੋਂ ਵੀ ਪੁੱਜਿਆ ਪਹਿਲੀ ਕਬੱਡੀ ਦਾ। ਹਰਪ੍ਰੀਤ ਕੈਨੇਡਾ ਵਾਲੇ ਵੱਲੋਂ ਮੇਰੇ ਵੀਰੋ ਵੱਡੇ ਮਾਣ ਪਹਿਲੇ ਪੁਆਇੰਟ ਦੇ ਉੱਤੇ ਕੀਤੇ ਜਾਣਗੇ। ਬੀ ਗਰਾਊਂਡ ਦੇ ਵਿੱਚ ਸਪਰੇ ਪੁੱਜਦੀ ਕਰ ਦਿਓ ਪ੍ਰਬੰਧਕ ਵੀਰ ਨੂੰ ਬੇਨਤੀ ਆ। ਬੀ ਗਰਾਊਂਡ ਦੇ ਵਿੱਚ ਪਲੇਅਰਾਂ ਨੂੰ ਸਪਰੇ ਦੀ ਸਖ਼ਤ ਲੋੜ ਹੈ, ਪ੍ਰਬੰਧਕ ਵੀਰਾਂ ਨੂੰ ਬੇਨਤੀ ਆ ਬੀ ਗਰਾਊਂਡ ਦੇ ਵਿੱਚ ਸਪਰੇ ਬਿੱਲੂ 5 ਅਤੇ ਸਾਡਾ ਵੀਰ ਕਟਾਣੀ ਵਾਲਾ ਪਿੰਦਾ ਇਹਨਾਂ ਵੱਲੋਂ ਵੀ 1600 ਦੀ ਕਬੱਡੀ ਕਹਿੰਦੇ ਪੈਣ ਜਾ ਰਹੀ ਹੈ ਮੇਰੇ ਵੀਰੋ। ਲਾਲੀ ਕੁੱਤੀ ਕਿੰਨੀ ਪਾ ਦਈਏ, 700 ਕਰ ਦਈਏ, 800 ਰੁਪਈਆ ਸਾਡੇ ਵੀਰ ਹਨੀ ਕੂਨਰ ਇਹਦੇ ਵੱਲੋਂ ਕਹਿੰਦੇ 200 ਦੇ ਮਾਣ ਜਿਹੜੇ ਪੁੱਜ ਗਏ ਹੈ। ਬਿੱਟੂ ਬਾਈ ਉਹਨਾਂ ਵੱਲੋਂ, ਸਰਬੀ ਬਾਈ ਉਹਨਾਂ ਵੱਲੋਂ ਲੈ 200 ਰੁਪਈਆ ਗਾਂਧੀ ਵੀਰ ਵੱਲੋਂ ਕਰ ਲਓ ਕਿਰਾਂ, ਬਹੁਤ ਵੱਡੇ ਮਾਣ ਸਨਮਾਨ ਨੇ। ਪਹਿਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਪੈ ਚੁੱਕੀ ਹੈ ਦਿੱਲੀ ਸਾਈਡ। ਦਰਸ਼ ਵੀਰੋ ਨਜ਼ਾਰਾ ਵੱਖਰਾ, ਦੁਨੀਆ ਕਹਿੰਦੇ ਅੱਜ ਇਸ ਜੁੜੀ ਹੋਈ ਕੋਟ ਗੰਗੂ ਰਾਜ ਦੇ ਟੂਰਨਾਮੈਂਟ ਦੇ ਨਾਲ। ਇਹ ਆ ਜਲਾਲ ਵਾਲੇ ਰੁਪਿੰਦਰ ਦਾ ਪੇਂਡੂ, ਕੁਲਦੀਪ ਮਾਨਕ ਦਾ ਪੇਂਡੂ ਮੇਰੇ ਵੀਰਿਓ। ਇਹ ਆ ਗਗਨ, ਲੈ ਵੀ ਖੰਨੇ ਵਾਲਿਆ ਕਿੰਨੇ ਮਾਇਆ ਦੇ ਗੱਫੇ, ਗਾਂਧੀ ਦਾ 200 ਕਿਰਾਂ, ਮਲਾਲੀ ਬਟਾਰੀ ਵਾਲੇ ਦਾ। ਰਸ਼ੀਨ ਪਿੰਡ ਹੈ ਕਹਿੰਦੇ ਇਸੇ ਨੌਜਵਾਨ ਦਾ, ਅੱਜ ਜਸਵੀਰ ਸਾਡਾ ਵੀਰ ਆਸਟ੍ਰੇਲੀਆ ਵਿੱਚ ਬੈਠਾ ਕਹਿੰਦੇ ਜੁੜਿਆ ਹੋਇਆ ਮੰਨੇ ਦਾ ਕਹਿੰਦੇ ਜਿਗਰੀ ਯਾਰ ਹੈ। ਲਓ ਜਸਵੀਰ ਸਿੰਘ ਭੀੜ ਦਾ ਯਾਰ ਇਸ ਵੇਲੇ ਕਹਿੰਦੇ ਰਸ਼ੀਨ ਪਿੰਡ ਦਾ ਮੰਨਾ ਮੈਦਾਨ ਦੇ ਵਿੱਚ ਕਹਿੰਦੇ ਪੀਤੇ ਉਹਨਾਂ ਦਾ ਯਾਰ ਕਬੱਡੀ ਪਾ ਕੇ ਇਸ ਵੇਲੇ ਤਕੜਾ ਪੁਆਇੰਟ ਆਪਣੀ ਟੀਮ ਦੇ ਸੇ ਜੋੜਦਾ ਹੋਇਆ। ਅਗਲੀ ਕਬੱਡੀ ਕਹਿੰਦੇ 4 ਸਾਲ ਖੇਡਿਆ ਜੱਟ ਇੰਗਲੈਂਡ ਦੇ ਖੇਡ ਗਰਾਊਂਡਾਂ ਵਿੱਚ ਮੇਰੇ ਵੀਰੋ, 1 ਦਰਜਨ ਤੋਂ ਵੱਧ ਕਹਿੰਦੇ ਮੋਟਰਸਾਈਕਲ ਜਿੱਤੇ ਨੇ। ਜੈ ਸਿੰਘ ਗਿੱਲ ਦੇ ਪੁੱਤ ਨੇ, ਇਹ ਆ ਕਹਿੰਦੇ ਲਸਾੜੇ ਵਾਲਾ ਦਵਿੰਦਰ ਸਿੰਘ ਗਿੱਲ ਪਰਿਵਾਰ ਦਾ ਬੱਬੂ। ਥੋੜੇ ਦਿਨ ਪਹਿਲਾਂ ਕਹਿੰਦੇ ਇੰਗਲੈਂਡ ਤੋਂ ਪਰਤਿਆ ਮੇਰੇ ਵੀਰੋ, ਇੰਗਲੈਂਡ ਦੇ ਪਹਿਲੇ 2 ਕੱਪਾਂ ਦਾ ਕਹਿੰਦੇ ਬੈਸਟ ਰੇਟ ਰਿਹਾ। ਲਓ ਦਵਿੰਦਰ ਸਿੰਘ ਬੱਬੂ ਲਸਾੜੇ ਵਾਲਾ ਇਸ ਵੇਲੇ ਅੰਕ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ, ਤਕੜਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ। ਪੂਰਾ ਨਾਮ ਕਹਿੰਦੇ ਜਗਦੀਪ ਸਿੰਘ ਹੈ ਇਸ ਨੌਜਵਾਨ ਦਾ, ਪਰ ਦੁਨੀਆ ਕਹਿੰਦੇ ਨਾਟ ਝੋੜ ਦੇ ਨਾਂ ਨਾਲ ਜਾਣਦੀ ਹੈ।
ਲਓ ਨਾਟ ਝੋਟ ਇੱਕ ਪਾਸੇ ਕਹਿੰਦੇ ਜੱਟ ਲਾਟੋਂ ਵਾਲਾ ਹੈ ਰੂਬੀ ਕਹਿੰਦਾ ਵੀ 2100 ਦਿੱਤਾ ਜਾਊ ਜੱਟ ਜਿੰਨੇ ਜਫੇ ਲਾਊਗਾ ਰੂਬੀ ਲਾਟੋਂ ਵਾਲਾ ਕਹਿੰਦਾ ਵੀ 2100 ਦੇ ਨਾਲ ਮਾਨ ਸਨਮਾਨ ਕੀਤੇ ਜਾਣਗੇ ਜੱਟ ਜਿੰਨੇ ਜਫੇ ਲਾਊ ਮਨਪ੍ਰੀਤ ਸਰਪੰਚ ਰਾਈਆਂ ਵਾਲੇ ਵੱਲੋਂ 1000 ਜੱਟ ਦੇ ਹਰ ਇੱਕ ਜਫੇ ਉੱਤੇ ਵੱਡੇ ਮਾਣ ਦਿੱਤੇ ਜਾਣਗੇ ਲਾਦਰੋਂ ਗਾਂਧੀ ਕਹਿੰਦਾ 200 ਰੁਪਏ ਦੇ ਮਾਣ ਸਨਮਾਨ ਕੀਤੇ ਜਾਣਗੇ ਨਾਲ ਸੰਦੀਪ ਨਾਲ ਸਾਡਾ ਵੀਰ ਦੀਪਿੰਦਰ ਇਧਰ ਲਈ ਸਾਰ ਕਹਿੰਦੇ ਲਸਾਰੇ ਵਾਲੇ ਬੱਬੂ ਦੀ ਪੈਖੀ ਕਬੱਡੀ ਲਾਲੀ ਗੁੰਨਰ ਨਾਲ ਸਾਡਾ ਵੀਰ ਮੰਨਾ ਉਦੋਂ ਨਾਲ ਗੁਰੀ ਗੁੰਨਰ ਹੋਣੀ ਕਹਿੰਦੇ ਨਜ਼ਾਰਾ ਵੱਖਰਾ ਇਸ ਟੂਰ ਦਾ ਮਰਦਾ ਹੁਣ ਵੇਖਾਂਗੇ ਵੀ ਜੰਗੀਆਂ ਦਾ ਕਿਹੜਾ ਜਾਫੀ ਇਹ ਕਹਿੰਦੇ ਨੌਜਵਾਨ ਗਿੱਲ ਪਰਿਵਾਰ ਦਾ ਦਰਸ਼ਕ ਵੀਰੋ ਦੁਨੀਆ ਕਹਿੰਦੇ ਆਸਾਸ ਕਰਦੀ ਆ ਅੱਜ ਕੋਟਕਪੂਰਾ ਦੇ ਟੂਰਨਾ ਮਰ ਦਿੱਤੇ ਹੋ ਕੀ ਬੱਲੇ ਬੱਲੇ ਹੋ ਕੀ ਬੱਲੇ ਬੱਲੇ ਗੁਰਮੀਤ ਸਾੜਵੀਰ ਮਾਗਟ ਵੱਲੋਂ ਸਰਬੀ ਤੇ ਬਿੱਟੀ ਸਰਬੀ ਗੁੰਨਰ ਤੇ ਬਿੱਟੂ ਸਾਡਾ ਵੀਰ ਕੈਨੇਡਾ ਜਾਫੀ ਦੇ ਮਾਇਆ ਦੇ ਗੱਫੇ ਨੇ ਲੈ ਵੀ ਖੰਨੇ ਵਾਲਿਆ ਦਰਸ਼ਕੋ ਜੇ ਮੈਂ ਤਾਂ ਨਜ਼ਾਰਾ ਇੱਕ ਵਾਰੀ ਜ਼ੋਰ ਦੇ ਤਾੜੀ ਮਾਰ ਕੇ ਦੱਸੋ ਕਿਰਾਂ ਜੇ ਸਵਾਦ ਆਉਂਦਾ ਮੈਚ ਦਾ ਪੂਰੀ ਸਿਰੇ ਦੀ ਕਹਿੰਦੇ ਟੱਕਰ ਇਸ ਵੇਲੇ ਖੇਡੀ ਜਾ ਰਹੀ ਹੈ ਇਧਰਲੇ ਪਾਸੇ ਵੇਖੋ ਮੁਕਾਬਲਾ ਕਹਿੰਦੇ ਕੁਲਵਿੰਦਰ ਸਿੰਘ ਦੇ ਨਾਲ ਹੋ ਚੁੱਕਿਆ ਪਰ ਇਹ ਹੈ ਕਹਿੰਦੇ ਜਲਾਲ ਪਿੰਡ ਦਾ ਜਲਾਲ ਪਿੰਡ ਕਹਿੰਦੇ ਮੇਰੇ ਵੀਰੋ ਅਜਮੇਰ ਦਾ ਪਿੰਡ ਹੈ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦਾ ਪਿੰਡ ਰੁਪਿੰਦਰ ਦਾ ਪਿੰਡ ਹੈ ਲਓ ਨਾੜ ਝੋੜ ਦੀ ਕਬੱਡੀ ਜੌਂਟੀ ਕਹਿੰਦੇ ਯੂਰਪ ਦੇ ਵਿੱਚ ਬਹੁਤ ਤਕੜਾ ਖੇਡਿਆ ਪਰ ਆ ਇਹ ਕਹਿੰਦੇ ਰਾਜਾ ਘੋੜਾ ਘੋੜਾ ਕਲਸੀਆਂ ਵਾਲਾ ਟਰਾਈ ਕਰਦਾ ਡੱਕਣੇ ਦੀ ਇਸ ਵੇਲੇ ਸਫਲਤਾ ਧਾਵੀ ਦੇ ਕਦਮ ਚੁੰਮਦੀ ਹੋਈ ਨੰਬਰ ਆਪਾਂ ਵੇਖੀ ਵੀ ਰੇਡਰ ਦੇ ਹਿੱਸੇ ਜਾ ਜੁੜਿਆ ਨੰਬਰ ਇਸ ਵੇਲੇ ਧਾਵੀ ਦੇ ਹਿੱਸੇ ਜੁੜਦਾ ਹੋਇਆ ਲਓ ਧਾਲੀਵਾਲ ਪਰਿਵਾਰ ਦਾ ਕਹਿੰਦੇ ਰਿੱਕੀ ਉਧਰੋਂ ਗੁਰਮੀਤ ਸਿੰਘ ਜੀ ਮਾਗੜ ਸਾਹਿਬ ਨਾਲ ਗੁਰਮੀਤ ਸਿੰਘ ਜੀ ਆਰਤੀਆ ਸਾਹਿਬ ਉਹਨਾਂ ਵੱਲੋਂ ਵੀ ਬਹੁਤ ਸਾਰਾ ਮਾਨ ਸਨਮਾਨ ਪੁੱਜਿਆ ਪਹਿਲੇ ਜੱਫੇ ਦੇ ਉੱਤੇ ਇਹਦੇ ਲਈ ਸਾਇਡ ਕਹਿੰਦੇ ਨੌਜਵਾਨ ਹੁਣ ਵੇਖਾਂਗੇ ਰਿੱਕੀ ਧਾਲੀਵਾਲ ਕਹਿੰਦੇ ਰਾਏਕੋਟ ਏਰੀਏ ਦਾ ਖਿਡਾਰੀ ਮੇਰੇ ਵੀਰਿਓ ਮੰਨਾ ਰਸ਼ੀਨ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਕਾਲੇ ਦਾ ਪੇਂਡੂ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਅੱਜ ਕਬੱਡੀ 365.com ਦੇ ਜੁੜੀਏ ਪੂਰੀ ਦੁਨੀਆ ਜੁੜੀ ਬੈਠੀ ਹੈ ਅੱਜ ਦੇ ਇਸ ਟੂਰਨਾਮੈਂਟ ਦੇ ਨਾਲ 20 ਤਰੀਕ ਰਾਜਿਆਂ ਦੇ ਵਿੱਚ ਕਬੱਡੀ ਕੱਪ ਹੋਣਾ ਜਿੱਥੇ ਕਹਿੰਦੇ ਦੁਨੀਆ ਦੇ ਮਹਾਨ ਕਬੱਡੀ ਖਿਡਾਰੀਆਂ ਦੀ ਗੱਲ ਹੋਣੀ ਹੈ ਲਾ ਰਸ਼ੀਨ ਵਾਲਾ ਆਪਣੀ ਟੀਮ ਦੇ ਲਈ ਇੱਕ ਹੋਰ ਪਾਉਣ ਦਾ ਵਾਅਦਾ ਕਰਦਾ ਹੋਇਆ ਲੈ ਵੀ ਖੰਨੇ ਵਾਲਿਆ ਕਰਕੇ ਨਾ ਗੱਲ ਖੇਡ ਮੈਦਾਨ ਦੇ ਵਿੱਚ ਜੱਟ ਜਿੰਨੇ ਜਫੇ ਲਾਊ ਰੂਬੀ ਲਾਟੋਂ ਵਾਲਾ ਕਹਿੰਦਾ ਵੀ 5000 ਰੁਪਇਆ ਜੱਟ ਦੇ ਹਰ ਇੱਕ ਜਫੇ ਤੇ ਦਿੱਤਾ ਜਾਊਗਾ ਨਾਲ ਸਾਡਾ ਵੀਰ ਮਨਪ੍ਰੀਤ ਸਰਪੰਚ ਰਾਈਆਂ ਵਾਲਾ ਕਹਿੰਦਾ ਵੀ ਮੇਰੇ ਵੱਲੋਂ 3100 ਨਾਲ ਹੀ ਸਾਡੇ ਵੀਰ ਹਨੀ ਉਹਨਾਂ ਵੱਲੋਂ ਮੇਰੇ ਵੀਰੋ ਲੈ ਵੀ ਜੱਟ 8000 ਤੇਰੇ ਜਫੇ ਤੇ ਲੱਗਿਆ ਹੋਇਆ ਨੌਜਵਾਨਾਂ ਪਰ ਇਧਰਲੇ ਪਾਸੇ ਵੇਖੋ ਨੰਬਰ ਜਾਫੀ ਦਾ ਇਹ ਹੈ ਕਹਿੰਦੇ ਗਿੱਲ ਪਰਿਵਾਰ ਦਾ ਮੇਰੇ ਵੀਰੋ ਗੁਰਪ੍ਰੀਤ ਸਿੰਘ ਨਾਂ ਚੱਲਦਾ ਕਹਿੰਦੇ ਜੱਟ ਦਾ ਖੇਡ ਕਬੱਡੀ ਵਿੱਚ ਗਿੱਲ ਪਰਿਵਾਰ ਦਾ ਗੁਰਪ੍ਰੀਤ ਸਿੰਘ ਤਕੜਾ ਜੱਫਾ ਲਾਉਂਦਾ ਹੋਇਆ ਲਾ ਨਾਰ ਝੋੜ ਦੀ ਕਬੱਡੀ ਉਦੋਂ ਜਨਤਾ ਬਰਮੀ ਤੇ ਬੂਟਾ ਛਾਪਾ ਚ ਵੀ 365 ਕਬੱਡੀ ਗਾਉਣ ਗਾਉਣ ਦੇ ਉੱਤੇ ਜੁੜੇ ਹੋਏ ਨੇ ਲਾਓ ਕਹਿੰਦੇ ਨੌਜਵਾਨ ਨਾਰ ਝੋਟ ਲਾਟੋ ਵਾਲੇ ਦੇ ਨਾਲ ਜੋੜੀ ਕਰਕੇ ਪਾਰ ਦਾ ਵਾਅਦਾ ਕਰਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਲਸਾਰੇ ਵਾਲਾ ਕਹਿੰਦੇ ਗਿੱਲ ਪਰਿਵਾਰ ਦਾ ਕਾਲੇ ਸੰਘੇ ਤੇ ਧੂਰਕੋਟ ਦੀਆਂ ਟੀਮਾਂ ਇੱਕ ਕਹਿੰਦੇ ਦੁਆਬੇ ਦੀ ਟੀਮ ਆ ਤੇ ਇੱਕ ਧੂਰਕੋਟ ਮਾਲਵੇ ਦੀ ਟੀਮ ਆ ਕਾਲਾ ਸੰਘਾ ਤੇ ਧੂਰਕੋਟ ਦੀਆਂ ਟੀਮਾਂ ਅਗਲੇ ਮੈਚ ਲਈ ਗਰਾਊਂਡ ਦੇ ਵਿੱਚ ਪੁੱਜ ਜਾਣ ਲਸਾਲੇ ਵਾਲੇ ਬੱਬੂ ਦੀ ਪੈਖੀ ਕਬੱਡੀ ਗੁਰਪ੍ਰੀਤ ਦਾ ਵੀਰ ਕਹਿੰਦੇ ਇਹਦੇ ਲਈ ਸਾਇਡ ਮੇਰੇ ਕਹਿੰਦੇ ਨੌਜਵਾਨ ਗੱਭਰੂ ਪਾਲੀ ਜੰਗੀਆਣੇ ਪਿੰਡ ਦਾ ਭੁਪਿੰਦਰ ਗਿੱਲ ਦਾ ਪਿੰਡ ਹੈ ਕਹਿੰਦੇ ਜੰਗੀਆਣਾ ਪਿੰਡ ਪਰ ਦੂਜੇ ਪਾਸੇ ਰਸ਼ੀਨ ਵਾਲੇ ਮੰਨੇ ਦੀ ਕਬੱਡੀ ਇਹਦਾ ਰੂਪੀ ਕਹਿੰਦਾ ਵੀ 10000 ਕਰ ਦੋ ਜੱਟ ਦੇ ਜਫੇ ਦਾ ਰਾਜਵੀਰ ਭੈਣੀ ਵਾਲੇ ਵੱਲੋਂ ਕਹਿੰਦੇ 500 ਬਿੱਲੂ ਪੰਚ ਵੱਲੋਂ 500 ਹੈ ਪਰ ਸਾਹਮਣੇ ਆਪਾਂ ਵੇਖੋ ਨੌਜਵਾਨ ਸਵਰਗੀਏ ਕਾਕਾ ਸਿੰਘ ਧਾਲੀਵਾਲ ਦਾ ਪੁੱਤ ਹੈ ਜੌਂਟੀ ਜੌਂਟੀ ਕਲਸੀਆਂ ਦਾ ਪਰ ਮੇਰੇ ਵੀਰੋ ਮੁਕਾਬਲਾ ਕਹਿੰਦੇ ਸਮਾਪਤ ਹੋ ਚੁੱਕਿਆ ਹੈ ਕਾਲਾ ਸੰਘੇ ਵਰਸ ਜੇ ਧੂਰਕੋਟ ਦੋਨੋਂ ਟੀਮਾਂ ਜਲਦੀ ਸੈਂਟਰ ਲਾਈਨ ਤੇ ਆ ਜਾਣ ਕਾਲਾ ਸੰਘੇ ਵਰਸ ਧੂਰਕੋਟ ਕਲਸੀਆਂ ਦੀ ਟੀਮ ਦੇ ਪੁਆਇੰਟ ਰਹੇ ਨੇ ਇਸੇ ਮੈਚ ਦੇ ਵਿੱਚੋਂ 6.5 ਤੇ ਜੰਗੀਆਣੇ ਦੀ ਟੀਮ ਦੇ ਪੁਆਇੰਟ ਰਹੇ ਨੇ 10 ਤਾੜੀ ਮਾਰ ਦੋ ਜ਼ੋਰਦਾਰ ਜੰਗੀਆਣੇ ਦੀ ਟੀਮ ਇਸ ਮੈਚ ਦੀ ਜਿਹੜੀ ਜੇਤੂ ਟੀਮ ਰਹੀ ਹੈ ਜੰਗੀਆਣੇ ਦੀ ਟੀਮ ਇਸ ਮੁਕਾਬਲੇ ਦੀ ਜੇਤੂ ਟੀਮ ਰਹੀ ਹੈ ਜੀ ਨੋਟ ਕਰ ਲਿਓ ਉਧਰੋਂ ਸਾਡੇ ਵੀ ਫੈਕਟਰੀ ਉਹਨਾਂ ਵੱਲੋਂ ਬੇਨਤੀਆਂ ਨੇ ਓਮ ਕੜਿਆਲਾ ਜੀ ਹੈਲੋ ਵੀਰ ਆ ਜਿਹੜੇ ਗਰਾਊਂਡ ਦੇ ਵਿੱਚ ਨੇ ਮੇਰੇ ਹੱਥ ਬੰਨ ਕੇ ਬੇਨਤੀ ਆ ਮਾੜੇ ਵੇਲੇ ਬਾਹਰ ਹੋ ਜਾਓ ਸਾਰੇ ਜਦ ਮੈਚ ਕਰਾਉਣੇ ਨੇ ਜਦ ਤੁਸੀਂ ਸਾਰੇ ਬਾਹਰ ਹੋ ਜਾਓ ਕਾਲਾ ਸੰਘੇ ਵਰਸ ਜੇ ਧੂਰਕੋਟ ਵੀਰ ਮੇਰੇ ਬਹੁ ਜਾਓ
ਕਾਲਾ ਸੰਘਿਆਂ ਵਰਸੇ ਧੂਰਕੋਟ ਟੀਮ ਅਜੇ ਤੱਕ ਗਰਾਊਂਡ ਵਿੱਚ ਨਹੀਂ ਆਈਆਂ ਜੀ। ਕਾਲਾ ਸੰਘਿਆਂ ਵਰਸੇ ਧੂਰਕੋਟ ਸਮਾਣਾ ਵਰਸ ਜੇ ਸੈਂਪਲੀ ਸਾਹਿਬ ਦੋ ਨੰਬਰ ਗਰਾਊਂਡ ਵਿੱਚ ਬਾਂਦਰ ਰੋਡ ਤੇ ਨੌਲੀ ਦਾ ਮੈਚ ਹੋ ਗਿਆ ਤਾਂ ਸਾਨੂੰ ਦੱਸ ਦਿਓ ਜੀ। ਹੈਲੋ ਉੱਠੋ ਵੀਰੋ ਯਾਰ, ਸਾਰਿਆਂ ਨੂੰ ਦਿਖੂਗਾ, ਇੱਕ ਇੱਕ ਬੰਦੇ ਨੂੰ ਦਿਖੂ। ਆਹ ਗੱਲ ਕੀਤੀ ਕਹਿੰਦੇ ਸਵਾਲ ਵਾਲੀ, ਹੱਥ ਉੱਠ ਕੇ ਵੇਚਦੇ, ਜਿਹਨੇ ਨੋਟ ਦੇਣੇ ਨੇ ਉਹ ਉੱਥੇ ਆ ਜਾਓ ਕਮੈਂਟਰ ਦੇ ਕੋਲ, ਇਹ ਵੀ ਨਹੀਂ ਕੋਈ ਕਿਸੇ ਨੂੰ ਰੋਕਦੇ ਨਹੀਂ ਹੈਗੇ। ਇੱਧਰ ਲਾਡੀ ਹੋਣੀ ਵੀ ਸਾਡੇ ਵੀਰ ਕਹਿੰਦੇ ਪੁੱਜ ਗਏ ਹੈ, ਪ੍ਰੀਤੇ ਰਾਜਾ ਧਨੌੜੀ ਵਾਲਾ ਮੇਰੇ ਨਾਲ ਸੰਪਰਕ ਕਰੇ। ਸਾਰਿਆਂ ਨੂੰ ਬੇਨਤੀ ਹੱਥ ਬੰਨ ਕੇ ਹੁਣ ਪਹਿਲਾਂ, ਫਿਰ ਉਸ ਤੋਂ ਬਾਅਦ ਸਾਡੇ ਕੋਲ ਲਾਜ ਹੋਰ ਵੀ ਨੇ। ਹੈਲੋ ਹੈਲੋ ਕਾਲਾ ਸੰਘਿਆਂ ਤੇ ਧੂਰਕੋਟ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ। ਗਰਾਊਂਡ ਜਿਹੜਾ ਬਿਲਕੁਲ ਖਾਲੀ ਹੈ, ਉਧਰੋਂ ਦਰਸ਼ਕ ਬੜੀ ਉਡੀਕ ਦੇ ਨਾਲ ਇਹਨਾਂ ਮੈਚਾਂ ਦਾ ਇੰਤਜ਼ਾਰ ਕਰਦੇ ਹੋਏ ਅੱਜ ਕੋਟ ਗੰਗੂ ਰਾਏ ਦੇ ਖੇਡ ਮੈਦਾਨਾਂ ਦੀ ਗੱਲ ਹੈ। ਦਲਵੀਰ ਜੂ ਐਸੇ ਸਾਡਾ ਵੀਰ ਬਾਂਟੀ ਉੱਪਰ ਜੂ ਐਸੇ ਪਹਿਲੇ ਪੁਆਇੰਟ ਦੇ ਉੱਤੇ 200 ਰੁਪਏ ਦੇ ਮਾਨ ਸਨਮਾਨ ਲੈ ਵੀ ਓਮ ਇਸ ਇਲਾਕੇ ਦਾ ਪ੍ਰਸਿੱਧ ਕਮੈਂਟੇਟਰ ਹੈ, ਵੀ ਅਗਲੇ ਮੈਚਾਂ ਦੀ ਗੱਲ ਕਰੇਗਾ ਸਾਡਾ ਵੀਰ। ਬਹੁਤ ਬਹੁਤ ਧੰਨਵਾਦ ਚਰਨ ਕਮਲ ਮਿੱਠਾ ਕਬੱਡੀ ਜੀ, ਸਾਰੀਆਂ ਮਾਣਯੋਗ ਸ਼ਖਸੀਅਤਾਂ ਅੱਜ ਇਸ ਟੂਰਨਾਮੈਂਟ ਦੇ ਉੱਤੇ ਵੱਡੇ ਯੋਗਦਾਨ ਨੇ। ਇੱਕ ਮਿੰਟ ਦਾ ਸਮਾਂ ਦੋਨੋਂ ਟੀਮਾਂ ਨੂੰ, ਗਰਾਊਂਡ ਜਿਹੜਾ ਬਿਲਕੁਲ ਖਾਲੀ ਹੈ। ਹੈਲੋ ਹਾਂਜੀ ਮੇਰੀ ਫਿਰ ਨੂੰ ਪੰਚ ਜੀ 100 ਰੁਪਈਆ ਪਹਿਲੇ ਪੁਆਇੰਟ ਦੇ ਉੱਤੇ ਮਾਨ ਸਨਮਾਨ ਕਰਦੇ ਨੇ। ਬੇਨਤੀ ਹੈ ਬਾਈ ਜੀ ਗੁੱਸਾ ਨਾ ਕਰਿਓ, ਮਾਇਆ ਸਾਰਿਆਂ ਦੀ ਬੋਲਾਂਗੇ, ਪਹਿਲਾਂ ਟੀਮਾਂ ਬੁਲਾ ਲਈਏ ਗਰਾਊਂਡ ਵਿੱਚ। ਕਾਲਾ ਸੰਘਿਆਂ ਵਰਸੇ ਧੂਰਕੋਟ ਲਾਸਟ ਇੱਕ ਮਿੰਟ ਹੈ ਜੀ ਦੋਨੋਂ ਟੀਮਾਂ ਲਈ। ਕਾਲਾ ਰੌਣੀ ਕਾਲਾ ਸੰਘਿਆਂ ਵਰਸੇ ਧੂਰਕੋਟ ਸਨਮਾਨ ਚੰਦੇ ਰਹੇ ਨੇ ਸਾਡੇ ਪ੍ਰਧਾਨ ਲਾਲੀ ਬਾਂਟੀ ਉੱਪਰ ਵੱਲੋਂ 100 ਰੁਪਈਆ ਪਹਿਲੇ ਪੁਆਇੰਟ ਦੇ ਉੱਤੇ ਮੈਚ ਤੇ ਸਾਡਾ ਵੀਰ ਓਮ ਕੜਿਆਣਾ ਜੀ। ਲਾਲੀ ਪ੍ਰਧਾਨ ਜੀ ਅਮਰਦਾਸ ਸਨਮਾਨ ਚੰਦੇ ਰਹੇ ਨੇ, ਬਹੁਤ ਬਹੁਤ ਧੰਨਵਾਦ। ਕਮ ਹੇਅਰ ਕਾਲਾ ਜੀ ਦਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ। ਦੋਨੇ ਟੀਮਾਂ ਦੇ ਖਿਡਾਰੀਆਂ ਨੂੰ ਬੇਨਤੀ ਹੈ ਬਿਨਾਂ ਕਿਸੇ ਦੇਰੀ ਤੋਂ ਮੈਦਾਨ ਦੇ ਵਿੱਚ ਆ ਜਾਣ, ਕਿ ਕਈਆਂ ਨੂੰ ਚੰਗੀਆਂ ਲੱਗਣਗੇ ਆ ਤੇ ਕਈ ਕਰਨਗੇ ਮਖੌਲ ਬਈ, ਪਰ ਕਲਯੁਗ ਦੇ ਜ਼ਮਾਨੇ ਦੀ ਤੁਹਾਨੂੰ ਦੱਸਣ ਲੱਗਾ ਮਾਹੌਲ ਬਈ, ਕਿ ਹੁਣ ਪੈਸਾ ਮੇਨ ਜਹਾਨ ਉੱਤੇ ਨਾ ਯਾਰ ਰਿਹਾ ਨਾ ਪਿਆਰ ਰਿਹਾ, ਝੂਠੇ ਦੀਆਂ ਹੋਣ ਤਰੀਫਾਂ ਸੱਚੇ ਨੂੰ ਹਰ ਕੋਈ ਫਿਟਕਾਰ ਰਿਹਾ, ਕੋਈ 2000 ਨਿਤ ਖਰਚਦਾ ਏ, ਕੋਈ 200 ਦੇ ਨਾਲ ਸਾਰ ਰਿਹਾ, ਜਾਂ ਨਿਗਰ ਸਮਾਜ ਇਹ ਕਲਯੁਗ ਜੋ ਧੀਆਂ ਨੂੰ ਕੁੱਖ ਵਿੱਚ ਮਾਰ ਰਿਹਾ, ਨਾ ਚੰਗੇ ਕੰਮ ਵੱਲ ਮੂੰਹ ਕਰਦਾ, ਮਾੜੇ ਲਈ ਸਦਾ ਤਿਆਰ ਰਿਹਾ, ਅੱਖ ਮੈਲੀ ਹੋ ਗਈ ਦਾਦੇ ਦੀ, ਕਿਉਂ ਪਿਓ ਨਾ ਸੋਚ ਵਿਚਾਰ ਰਿਹਾ, ਕੀ ਕਰੂ ਇਹ ਤਾਕਤ ਨਸ਼ਿਆਂ ਦੀ, ਤੂੰ ਆਪਣੇ ਆਪ ਤੋਂ ਹਾਰ ਰਿਹਾ, ਕੋਈ ਏਸੀ ਵੀ ਨਹੀਂ ਸੌ ਸਕਦਾ, ਕੋਈ ਝੁੱਗੀਆਂ ਵਿੱਚ ਪੁਕਾਰ ਰਿਹਾ, ਚੰਗਾ ਮਾੜਾ ਉੱਚਾ ਨੀਵਾ ਚੱਲੂ ਜਦ ਤੱਕ ਸੰਸਾਰ ਰਿਹਾ, ਇੱਥੇ ਹਰ ਚੀਜ਼ ਹੈ ਮੁਲਮਕ ਦੀ, ਜਿਸਮਾਂ ਦਾ ਚੱਲ ਵਪਾਰ ਰਿਹਾ, ਕੰਮ ਕਰਦਾ ਨਹੀਂ ਲਫੈਲ ਬੰਦਾ, ਭਾਵੇਂ ਇੰਡੀਆ ਭਾਵੇਂ ਬਾਹਰ ਰਿਹਾ, ਜੋ ਖੇਡੇ ਜ਼ੋਰ ਖੁਰਾਕਾਂ ਤੇ ਉਹ ਬਿਰਲਾ ਹੀ ਕੋਈ ਸਟਾਰ ਰਿਹਾ, ਕੀ ਦੇਖੇ ਬੰਦਾ ਟੀਵੀ ਤੇ ਉਹ ਫੈਸ਼ਨ ਦਾ ਪ੍ਰਚਾਰ ਰਿਹਾ, ਬੱਚਾ ਬੱਚਾ ਬੋਲੇ ਇੰਗਲਿਸ਼ ਅੰਤ ਕੀ ਗੱਲ ਹੋ ਗਈ, ਇਕਬਾਰ ਰਿਹਾ ਕੀ ਗੱਲ ਹੋ ਗਈ, ਲਿਖ ਕੇ ਜਾਣ ਵਲੈਤਾਂ ਨੂੰ ਨਾ ਇੰਡੀਆ ਵਿੱਚ ਕੰਮ ਕਰ ਰਿਹਾ, ਅੱਜ ਹੱਦ ਟੱਪ ਗਈ ਸਭ ਹੱਦ ਟੱਪ ਗਈ, ਚੱਲ ਚਿੱਟੇ ਦਾ ਵਪਾਰ ਰਿਹਾ, ਲੋਭੀ ਲਾਲ ਜੀ ਤੇ ਕੰਜੂਸ ਬੰਦਾ ਧਰਤੀ ਉੱਤੇ ਭਾਰ ਰਿਹਾ, ਬਸ ਅੱਧੀ ਮਿਲ ਜੇ ਇੱਜ਼ਤ ਦੀ, ਬੇ ਇੱਜ਼ਤ ਖੱਜਰ ਖੁਆਰ ਰਿਹਾ, ਸੁੱਖੀ ਕਕਰਾਲਾ ਕੀ ਲਿਖਦਾ ਕਾਗਜ਼ ਉੱਤੇ, ਬਸ ਕਿਰਪਾ ਉਸਤਾਦਾਂ ਦੀ, ਦਾਤੇ ਦਾ ਸ਼ੁਕਰ ਗੁਜ਼ਾਰ ਰਿਹਾ, ਕਿ ਕਿਰਪਾ ਉਸਤਾਦੇ ਦੀ, ਦਾਤੇ ਦਾ ਸ਼ੁਕਰ ਗੁਜ਼ਾਰ ਰਿਹਾ। ਮੇਰੇ ਵੀਰੇ ਬਾਬਾ ਨਾਗ ਭਾਗ ਜੀ ਦੀ ਅਪਾਰ ਕਿਰਪਾ ਦੇ ਨਾਲ ਇਹ 69ਵਾਂ ਸ਼ਾਨਦਾਰ ਖੇਡ ਮੇਲਾ ਲੈ ਵੀਰ ਹਨੀ ਸਾਬੀ ਸਾਡਾ ਬਾਈ ਨਾਲੇ ਬਿੱਟੂ ਬਾਈ ਕੈਨੇਡਾ ਵਿੱਚ ਬੈਠੇ ਹੋਏ ਕਹਿੰਦੇ ਜੁੜੇ ਹੋਏ ਆ ਸਮਾਨ ਕੁੰਭ ਦੇ ਨਾਲ, ਉੱਥੇ ਕਹਿੰਦੇ ਬਈ ਮੇਰੇ ਵੀਰੇ ਸਰਦਾਰ ਕੇਸਰ ਸਿੰਘ ਧਾਲੀਵਾਲ ਯੂਕੇ ਵਿੱਚ ਬਹੁਤ ਵੱਡੇ ਬਿਜ਼ਨਸ ਨੇ, ਪਹਿਲੀ ਰੇਟ ਤੇ ਸਾਬੀ ਕੁੰਦਰ ਕੈਨੇਡਾ, ਨਾਲੇ ਬਿੱਟੂ ਕੁੰਦਰ ਕੈਨੇਡਾ, ਪ੍ਰਧਾਨ ਲਾਲੀ ਕੁੰਦਰ, ਗੁੜੀ ਕੁੰਦਰ, ਸੈਕਟਰੀ ਕੁਲਵੰਤ ਕਾਂਤਾ, ਇੱਧਰ ਹਨੀ ਸਾਡਾ ਵੀਰ, ਬਿੱਲੂ ਪੰਚ ਜੀ, ਪਿੰਦਾ ਕਟਾਣੀ, ਗੁਰਮੀਤ ਸਿੰਘ ਜੀ ਸਰਪੰਚ ਕੁੱਬੇ,
ਪਹਿਲੀ ਰੇਡ ਤੇ ਉਹਨਾਂ ਵੱਲੋਂ ਵੀ 100 ਰੁਪਇਆ ਮੇਰੀ ਬੇਨਤੀ ਹੈ ਟੀਮਾਂ ਦੋਨੇ ਪੁੱਜ ਗਈਆਂ ਨੇ ਸਮਾਂ ਯਾਤ ਨਹੀਂ ਦੇ ਰਿਹਾ ਉਧਰ ਗੋਗੀ ਜਰਗੜੀ ਵਾਲਾ ਕਬੱਡੀ ਦਾ ਮਹਾਨ ਖਿਡਾਰੀ ਮੇਰੀ ਵੀਰੇ ਸਾਡਾ ਵੀਰ ਉਹ ਵੀ ਵਿਸ਼ੇਸ਼ ਤੌਰ ਤੇ ਗਰਾਊਂਡ ਵਿੱਚ ਪੁੱਜਿਆ ਹੋਇਆ ਗੋਗੀ ਜਰਗੜੀ ਵਾਲਾ ਉਧਰ ਪ੍ਰਿਤਪਾਲ ਨਾਲ ਹੀ ਸੁਖਚੈਨ ਆਸਟ੍ਰੇਲੀਆ ਵਾਲੇ ਸਾਡੇ ਵੀਰ ਉਹਨਾਂ ਵੱਲੋਂ ਵੀ 200 ਰੁਪਇਆ ਪਹਿਲੀ ਰੇਡ ਤੇ ਮਾਣ ਹੋਣਾ ਉਧਰ ਰੂਬੀ ਮਾਂਗੜ ਲਾਟੋ ਵਾਲਾ ਸਾਡਾ ਜ਼ਿੰਦਗੀ ਦਾ ਯਾਰ ਇਧਰ ਮਨਪ੍ਰੀਤ ਸਰਪੰਚ ਰਾਈਆਂ ਵਾਲਾ ਮੇਰੀ ਵੀਰੀ ਕਹਿੰਦੇ ਪੰਜ ਦਰਿਆਵਾਂ ਦੀ ਧਰਤੀ ਤੇ ਛੇਵਾਂ ਦਰਿਆ ਜਿਹੜਾ ਨਸ਼ਿਆਂ ਦਾ ਵਗ ਰਿਹਾ ਲੈ ਵੀ ਵੀਰ ਚਿੱਟੇ ਤੇ ਸਮੈਕ ਨੇ ਪੰਜਾਬ ਖਾ ਲਿਆ ਕਹਿੰਦੇ ਕਿ ਚਿੱਟੇ ਤੋਂ ਬਗੈਰ ਨਾ ਗੱਭਰੂ ਦੀ ਖੈਰ ਟੁੱਟਦਾ ਸਰੀਰ ਹੁਣ ਹੱਡੀਆਂ ਕਰੈਕ ਕੇ ਪੀ ਕੇ ਲੱਖਾਂ ਦੀ ਸਮੈਕ ਹੋਇਆ ਗੱਭਰੂ ਨਲੈਕ ਪੀ ਕੇ ਲੱਖਾਂ ਦੀ ਸਮੈਕ ਹੋਇਆ ਗੱਭਰੂ ਨਲੈਕ ਦੋ ਨੰਬਰ ਗਰਾਊਂਡ ਵਾਲੇ ਰੈਫਰੀ ਸਾਹਿਬਾਨ ਨੇ ਜਿਹੜੇ ਉਹ ਵੀ ਇੱਕ ਨੰਬਰ ਗਰਾਊਂਡ ਵਿੱਚ ਆ ਜਾਣ ਲੈ ਵੀ ਕਾਂਤੇ ਵੀਰ ਸੁਣੀ ਧਿਆਨ ਨਾਲ ਕਹਿੰਦੇ ਮਾਪੇ ਕਰਨ ਵੀ ਕੀ ਹੋਵੇ ਕੱਲਾ ਪੁੱਤ ਤੀ ਦੇਣ ਜੇਬ ਵਿੱਚੋਂ ਪੈਸੇ ਇੱਕ ਯਾਰ ਰੱਖੇ ਐਸੇ ਪੀ ਕੇ ਸਮੈਕ ਜਿੱਤਾ ਉਤਰੇ ਤੋਂ ਬਾਅਦ ਫਿਰ ਜਾਣ ਸਹਿਕ ਕੇ ਪੀ ਕੇ ਲੱਖਾਂ ਦੀ ਸਮੈਕ ਹੋਇਆ ਗੱਭਰੂ ਨਲੈਕ ਲੈ ਵੀ ਖੰਨੇ ਵਾਲਿਆ ਕਰ ਗੱਲ ਖੇਡ ਕਬੱਡੀ ਦੀ ਕੱਲੀ ਕੱਲੀ ਕਬੱਡੀ ਦੀ ਕੱਲੇ ਕੱਲੇ ਜਫੇ ਦੀ ਗੱਲ ਕਰਾਂਗੇ ਸ਼ੇਰੋ ਸ਼ਾਰੀ ਥੋੜ੍ਹੀ ਘੱਟ ਕਰਾਂਗੇ ਦਰਸ਼ਕਾਂ ਨੂੰ ਦੱਸਾਂਗੇ ਵੀ ਕਿਹੜਾ ਖਿਡਾਰੀ ਰੇਟ ਪਾਉਣ 'ਚ ਲਿਆ ਕਿਹਨੇ ਜਫਾ ਲਾਇਆ ਪਰ ਪਹਿਲਾਂ ਮੇਰੀ ਗੁਜ਼ਾਰਿਸ਼ ਹੈ ਵੀ ਬਾਂਦਰ ਡੋੜ ਵਾਲੇ ਅਸੀਂ ਤੁਹਾਡੇ ਕਹਿਣ 'ਤੇ ਤੁਹਾਡਾ ਮੈਚ ਪਿੱਛੇ ਕੀਤਾ ਸੀ ਲੈ ਵੀ ਸੁਣਿਆ ਹੁਣ ਇੱਕ ਬੇਨਤੀ ਮਾਲਾ ਭਰਾ ਥੱਲੇ ਬੈਠ ਜਾਓ ਸਾਰੀ ਟੀਮ ਤੁਹਾਡੀ ਕਿਉਂਕਿ ਦੁਨੀਆ ਨੂੰ ਨਜ਼ਾਰਾ ਨਹੀਂ ਆਉਂਦਾ ਪਲੀਜ਼ ਥੱਲੇ ਬੈਠ ਜਾਓ ਲੈ ਵੀ ਤੁਹਾਡੇ ਕਹਿਣ 'ਤੇ ਮੈਚ ਵੀ ਪਿੱਛੇ ਕੀਤਾ ਸਾਡੀ ਇੰਨੀ ਕੁ ਗੱਲ ਮੰਨ ਲਓ ਬਸ ਖੰਨੇ ਵਾਲਿਆ ਮਾਫੀ ਚਾਹੁੰਦਾ ਇਹਦੇ ਕਬੱਡੀ ਤੋਂ ਵੀਰ ਸਾਡੇ ਪੁੱਜੇ ਹੈ ਚਰਨ ਕਮਲ ਹਰਮਨ ਵੀਰ ਧਰਮਾ ਕੁੰਮਲ ਜਿਨ੍ਹਾਂ ਵੱਲੋਂ ਕ੍ਰਿਸ਼ਨ ਵਿਦੇਸ਼ਾਂ ਲਈ ਔਰ ਦਾਸ ਦੇ ਬੋਲਾਂ ਤੋਂ ਖੁਸ਼ ਹੋ ਕੇ 200 ਦੇ ਮਾਣ ਪੁੱਜੇ ਆ ਧੰਨਵਾਦ ਕਰਦਾ ਮੈਂ ਕ੍ਰਿਸ਼ਨ ਸਾਡਾ ਵੀਰ ਆਪਣਾ 200 ਰੁਪਇਆ ਮੇਰੇ ਕੋਲੋਂ ਲੈ ਜਾਵੇ ਮਾਈਕ ਤੇ ਬੱਬੂ ਖੰਨਾ ਲੋ ਇਧਰਲੇ ਪਾਸੇ ਕਹਿੰਦੇ ਜ਼ਿਲ੍ਹੇ ਗੁਰਦਾਸਪੁਰ ਦਾ ਘਾਸ ਪਿੰਡ ਹੈ ਇਸ ਨੌਜਵਾਨ ਦਾ ਦੁਨੀਆ ਯੋਧੇ ਦੇ ਨਾਂ ਦੇ ਨਾਲ ਜਾਣਦੀ ਹੈ ਲਓ ਘਾਸ ਵਾਲਾ ਇਸ ਵੇਲੇ ਨੌਜਵਾਨ ਖਿਡਾਰੀ ਯੋਧਾ ਮੇਰੇ ਵੀਰੋ ਮੈਦਾਨ ਦੇ ਵਿੱਚ ਕਹਿੰਦੇ ਕਬੱਡੀ ਪਾਉਂਦਾ ਹੋਇਆ ਉਧਰ ਧੂਰ ਕੋੜੀਏ ਕਹਿੰਦੇ ਨੌਜਵਾਨ ਜੁਗਨੇ ਵਰਗੇ ਹੈ ਨਾਲ ਮੈਂ ਵੇਖਦਾ ਵੀ ਕਹਿੰਦੇ ਹਨੀ ਵਰਗੇ ਖਿਡਾਰੀ ਹੈ ਪਰ ਆਹ ਨੌਜਵਾਨ ਜਾਫੀ ਦਾ ਕਹਿੰਦੇ ਸੋਮਲ ਖੇੜੀ ਪਿੰਡ ਹੈ ਤੇ ਬੁੱਲਾ ਨਾਂ ਹੈ ਮੇਰੇ ਵੀਰੋ ਬੁੱਲਾ ਖੇੜੀ ਵਾਲਾ ਟਰਾਈ ਕਰਦਾ ਡੱਕਣੇ ਦੀ ਪਰ ਨੰਬਰ ਧਾਵੀ ਦੇ ਹਿੱਸੇ ਜੁੜਦਾ ਹੋਇਆ ਇੰਦਗੜ ਦੀ ਟੀਮ ਜਿਹੜੀ ਜੇਤੂ ਟੀਮ ਹੈ ਕਹਿੰਦੀ ਵੀਰ ਨੋਟ ਕਰ ਲਿਓ ਇੰਦਗੜ ਦੀ ਟੀਮ ਉਧਰੋਂ ਜਿਹੜੀ ਜੇਤੂ ਰਹੀ ਹੈ ਪਲੀਜ਼ ਨੋਟ ਕੀਤਾ ਜਾਵੇ ਜਰਗੜੀ ਪਿੰਡ ਹੈ ਇਸ ਨੌਜਵਾਨ ਦਾ ਮੇਰੇ ਵੀਰੋ ਇਹ ਹੈ ਕਹਿੰਦੇ ਜਰਗੜੀ ਵਾਲੇ ਬੱਬੂ ਪੰਚ ਦਾ ਪੁੱਤ ਜਸ਼ਨ ਗਿੱਲ ਪਰਿਵਾਰ ਦਾ ਕਹਿੰਦੇ ਇਸ ਵੇਲੇ ਰੇਡ ਪਾਉਂਦਾ ਹੋਇਆ ਔਰ ਦੂਜੇ ਪਾਸੇ ਵੇਖੋ ਕਹਿੰਦੇ ਨਾਂ ਚੱਲਦਾ ਜੱਟ ਦਾ ਖੇਡ ਕਬੱਡੀ ਵਿੱਚ ਇਹ ਹੈ ਕਹਿੰਦੇ ਉੱਡਣਾ ਕਾਲੇ ਸੰਘਿਆਂ ਦਾ ਪੰਜਾਬ ਦੇ ਵੱਖੋ ਵੱਖਰੇ ਕਬੱਡੀ ਕੱਪਾਂ ਦੇ ਅਨੇਕਾਂ ਹੀ ਕਹਿੰਦੇ ਥਾਵਾਂ ਤੇ ਬੈਸਟ ਬਣਨ ਦੇ ਮਾਣ ਮਿਲੇ ਨੇ ਨੌਜਵਾਨ ਨੂੰ ਤਾੜੀ ਮਾਰ ਦਿਓ ਜ਼ੋਰਦਾਰ ਕਾਲੇ ਸੰਘਿਆਂ ਦਾ ਉੱਡਣਾ ਇਸ ਵੇਲੇ ਜੱਫਾ ਲਾਉਂਦਾ ਹੋਇਆ ਬਿੱਲੂ ਪੰਚ ਜੀ ਪਿੰਡਾ ਕਟਾਣੀ ਵੱਲੋਂ 100 ਗੁਰਮੀਤ ਕੋਬੇ ਵੱਲੋਂ 100 ਦਲਵੀਰ USA ਅਤੇ ਬਾਂਟੀ ਸਾਡਾ ਵੀਰ ਕੈਨੇਡਾ ਇਹਨਾਂ ਵੱਲੋਂ 100 ਅਵਤਾਰ ਸਿੰਘ ਸਾਡੇ ਵੀਰ ਹਨੀ ਕੂਨਰ ਵੱਲੋਂ 100 ਲੈ ਵੀ ਲੰਬੜ ਇਹ 300 ਰੁਪਇਆ ਸਾਂਭਲਾ ਵੀਰ ਉੱਡਣੇ ਦਾ ਬਾਂਟੀ ਉਪਲ UK ਵੱਲੋਂ ਵੀ 100 ਇਹ 400 ਰੁਪਇਆ ਵੀਰ ਚਰਨ ਕਮਲ ਫੜ ਲਓ ਚਰਨ ਕਮਲ ਨਾਲ ਹੀ ਮਿੱਠਾ ਨਾਲ ਹੀ ਸਾਡੇ ਵੀਰ ਰਾਮਪੁਰ ਵਾਲੇ ਕੀ ਨਾਮ ਉਹ ਆਪਣਾ ਵਿਸ਼ੇਸ਼ ਸਨਮਾਨ ਚ ਲੈ ਲਓ ਚਰਨ ਕਮਲ ਹਰਮਨ ਨਾਲ ਹੀ ਮਿੱਠਾ ਕਬੱਡੀ ਤੋਂ ਵੀਰ ਸਾਡੇ ਬੱਬੂ ਖੰਨੇ ਲਈ ਵੀ 200 ਦੇ ਮਾਨ ਪੁੱਜੇ ਹੈ ਬਹੁਤ ਬਹੁਤ ਧੰਨਵਾਦ ਵੀ ਕਬੱਡੀ ਵਾਲੇ ਲਾ ਉਧਰਲੇ ਪਾਸੇ ਵੇਖ ਲੈ ਵੀ ਬਾਹ ਨਹੀਂ ਉੜੀਸਾ ਕਦੋਂ ਦੀਆਂ ਲਾ ਪੈ ਗਈ ਪੁੱਠੀ ਕੈਚੀ ਲਾਓ ਬਾ ਸਵਾਦ ਆ ਗਿਆ ਮੇਰੀ ਵੀਰੀਓ ਇਸ ਵੇਲੇ ਕਹਿੰਦੇ ਵੀ ਮੁਸ਼ਕਲ ਹੀ ਆਪਦੀ ਇਹ ਗੱਲ ਛੁਡਾਉਣਾ ਪਰ ਲੱਗਿਆ ਹੋਇਆ ਮੇਰੀ ਵੀਰੀਓ ਕਹਿੰਦੇ ਜਵਾਨੀਆਂ ਵਾਲਾ ਦੌਰ ਕਹਿੰਦੇ ਵੀ ਕਾਲੇ ਸੰਘਿਆਂ ਵਾਲੇ ਤਾਜੇ ਦਾ ਵੀਰ ਹੈ ਇਹ ਹੈ ਕਹਿੰਦੇ ਨਸ਼ਿਆਂ ਤੋਂ ਬਚੀ ਹੋਈ ਜਵਾਨੀ ਮੇਰੀ ਵੀਰੀਓ ਨਸ਼ਿਆਂ ਤੋਂ ਬਚੀ ਹੋਈ ਜਵਾਨੀ ਦਵਿੰਦਰ ਨਿਊਜ਼ੀਲੈਂਡ ਸਾਡਾ ਵੀਰ ਹਰਪ੍ਰੀਤ ਕੈਨੇਡਾ ਹਰਪ੍ਰੀਤ ਕੈਨੇਡਾ ਤੇ ਦਵਿੰਦਰ ਨਿਊਜ਼ੀਲੈਂਡ ਨਾਲ ਜੱਸੀ ਮਾਂਗਟ ਇਹਨਾਂ ਵੱਲੋਂ ਵੱਡੇ ਮਾਣ ਸਨਮਾਨ ਇਸ ਨੌਜਵਾਨ ਖਿਡਾਰੀ ਦੇ ਲਈ ਹੈ ਇਧਰ ਯੋਧਾ ਇਸ ਵੇਲੇ ਅਗਲੀ ਕਬੱਡੀ ਪਾਉਂਦਾ ਹੋਇਆ ਮੇਰੇ ਵੀਰੋ ਲਾਲੀ ਕੁੰਦਰ ਜੀ ਖੁਸ਼ ਹੋ ਮੇਹਰ ਹੈ ਕਹਿੰਦੇ ਬਾਬੇ ਦੀ ਪੂਰੇ ਖੁਸ਼ ਕਹਿੰਦੇ ਅੱਜ ਸਿਰਾ ਹੋਇਆ ਪਿਆ ਉਧਰ ਸੁੱਖੀ ਸੋਮਲ ਵੱਲੋਂ 55-55 100 ਰੁਪਇਆ ਬੈਸਟ ਰੇਡਰ ਤੇ ਜਾਫੀ ਲਈ ਕਹਿੰਦੇ ਹੋਰ ਐਡ ਕਰ ਦਿੱਤਾ ਗਿਆ ਪਲੱਸ ਮੋਟਰਸਾਈਕਲ 55-55 100 ਸਾਡੇ ਵੀਰ ਮੇਰੇ ਵੀਰੋ ਪਵਿੱਤਰ ਗਰੇਵਾਲ ਵੱਲੋਂ ਕਹਿੰਦੇ ਵੱਡੇ ਮਾਣ ਜਿਹੜੇ ਦਿੱਤੇ ਜਾਣਗੇ ਪਵਿੱਤਰ ਗਰੇਵਾਲ ਵਾਲੇ ਵੱਲੋਂ ਵੱਡੇ ਮਾਣ ਸਨਮਾਨ ਜਿਹੜੇ ਦਿੱਤੇ ਜਾਣਗੇ ਇਧਰਲੇ ਪਾਸੇ ਨੌਜਵਾਨ ਜਸ਼ਨ ਦੀ ਪੈਂਦੀ ਹੋਈ ਕਬੱਡੀ ਹੈ ਸਾਹਮਣੇ 4 ਖਿਡਾਰੀ ਨੇ ਨੌਜਵਾਨ ਕਹਿੰਦੇ ਮੱਲ ਵਰਗੇ
फरियाद वर्गे किहड़ा खिलाड़ी कहिंदे इस वेले कोशिश करदा डकणे दी नौजवान धावी दी पैंदी फिर रेड दे उत्ते इस वेले मुकाबला कहिंदे घड़े दा पेंडू घुद्दे दा पेंडू ताजे दा पेंडू है। ताजे ने पिछले साल कहिंदे मेला लुटिया कोट गंगू राज दे कप दा इस साल ताजा कहिंदे कनेडा दे विच मेरे वीरो सिरा कर रहा है कनेडा विच कहिंदे सिरा कर रहा ताजा पर इधर वेखो नौजवान अगली कबड्डी पाउंदा होया डैरी इधर नौजवान धावी की इस वेले पाई हुई कबड्डी उत्ते मेरे वीरो किहड़ा खिलाड़ी कहिंदे कोशिश करदा डकणे दी एक पासे बुल्ला खेड़ी वाला मेरे वीरो सोमल खेड़ी पिंड है कहिंदे इस नौजवान दे इस एरिए दा इह है कहिंदे खेड़ी वाला बुल्ला तीर्थ मास्टर दा कहिंदे पेंडू ट्राई करदा डकणे दी जिते जफा लग गया कहिंदे ताड़ियां मारांगे आपां क्योंकि ताड़ी मार दो जोरदार सिरे दे धावी नूं कहिंदे जफा लाया सिरे दे धावी नूं जफा लाया पिरता आस्ट्रेलिया सुखचैन आस्ट्रेलिया वालों 100 बिलू पंच दे वालों 100 रुपया उधर साडा वीर मिठा ते चरण कमल कबड्डी बोलां दा बहुत सारा माण सत्कार करदे आ विशेष तौर ते बहुत बहुत धन्नवाद है। ਫਰਾਰ ਵਾਲੇ ਮੁੰਡੇ ਵੀ ਗੱਡੀ ਕੋਲ ਪਹੁੰਚ ਜਾਣ ਨਾ ਬਹੁਤ ਹੀ ਸ਼ਾਨਦਾਰ ਮੈਚ ਇਸ ਵੇਲੇ ਦੋਨੇ ਟੀਮਾਂ ਦੇ ਦਰਮਿਆਨ ਚੱਲਦਾ ਹੋਇਆ ਲਓ ਸਾਹਮਣੇ ਕਹਿੰਦੇ ਮਾਪੇ ਫਰਿਆਦ ਕਰਦੇ ਆ ਕਿ ਸਾਡੀ ਔਲਾਦ ਵਧੀਆ ਹੋਵੇ ਨਸ਼ਿਆਂ ਤੋਂ ਬਚੀ ਰਵੇ ਪਰ ਇਹਦਾ ਨਾਂ ਹੀ ਕਹਿੰਦੇ ਫਰਿਆਦ ਹੈ ਲਓ ਤਾੜੀਆਂ ਮਾਰਦੇ ਹੋ ਕਹਿੰਦੇ ਵੀ ਕੱਲ ਵਾਸ਼ਿੰਗ ਮਸ਼ੀਨ ਜਿੱਤੀ ਹੈ ਵਾਸ਼ਿੰਗ ਮਸ਼ੀਨ ਜਿੱਤੀ ਹੈ ਇਸ ਖਿਡਾਰੀ ਨੇ ਕਿ ਕਹਿਣ ਬਾਰ ਬਾਰ ਮਾਪੇ ਕਹਿਣ ਬਾਰ ਬਾਰ ਲੋਕ ਕੈਸਾ ਗੱਭਰੂ ਨੇ ਲਾਇਆ ਯਾਰ ਉਹ ਚਿੱਟੇ ਵਾਲਾ ਰੋਗ एक दिन की फिर सोच विचार छड़ दिते यार जेडे करते सी ब्लैक के पी के लखा नी समैक होया गभरू नलैक पी के लखा नी समैक होया गभरू नलैक मेरे मेरे पांच दरियावां दी धरती ते जिथे कहिंदे छेवां दरिया वग रहे परमजीत सिंह जी पम्मा बंता जनता कुंदर यूएसए बिंदरी यूएसए सुखबीर जसड़ ਜਿਨ੍ਹਾਂ ਵੱਲੋਂ ਪੰਜਾਬੀ ਬੋਲਾਂ ਤੋਂ ਖੁਸ਼ ਹੋ ਕੇ 500 ਦੇ ਮਾਨ ਪੁੱਜੇ ਆ ਔਰ ਨਾਲ ਹੀ ਕਹਿੰਦੇ ਵੀ ਵਧੀਆ ਪਾਣ ਤੇ ਮਾਨ ਹੋਣਗੇ ਹਾਂ ਵੀ ਮਾਈਕ ਤੇ ਬੱਬੂ ਖੰਨਾ ਹਾਂਜੀ ਬੱਬੂ ਵੀਰ ਆ ਖਿੱਚ ਵੀ ਫੋਟੋ ਕਰਾ ਖਿੱਚ ਰਾਜੂ ਕੋਨਰ ਇਟਲੀ ਸਾਡਾ ਵੀਰ ਪਰਮਜੀਤ ਸਿੰਘ ਜੀ ਫਾਸਟ ਅਤੇ ਸੈਕਿੰਡ ਆਉਣ ਵਾਲੀ ਟੀਮ ਲਈ 500 ਰੁਪਏ ਦੇ ਮਾਨ ਸਮਾਨ ਪੁੱਜਦੇ ਕਰਦਾ ਦਿਲਵਰ ਚ ਨੇਰ 500 ਰੁਪਿਆ ਕਹਿੰਦਾ ਫਾਸਟ ਅਤੇ ਸੈਕਿੰਡ ਆਉਣ ਵਾਲੀ ਟੀਮ ਲਈ ਦਿੱਤੇ ਜਾਣਗੇ ਦਿਲਵਰ ਚਨੇਰ ਸਾਡਾ ਬਾਈ ਇਹ ਮਾਇਆ ਆਪਣੇ ਕੋਲ ਵੀਰ ਮਾਇਆ ਕੋਲ ਹੀ ਰੱਖੋ ਬਾਅਦ ਵਿੱਚ ਦੇ ਦਿਓ ਤੁਸੀਂ ਆਪੇ ਮਾਇਆ ਆਪਣੇ ਕੋਲ ਹੀ ਰੱਖੋ ਇਧਰ ਨੌਜਵਾਨ ਜੋਧੇ ਦੀ ਕਹਿੰਦੇ ਇਸ ਵੇਲੇ ਰੇਡ ਪੈਂਦੀ ਹੋਈ ਮੇਰੇ ਵੀਰੋ ਉਧਰ ਸਾਡਾ ਯਾਰ ਕਹਿੰਦੇ ਅਮਰੀਕ ਵੀ ਵਿਸ਼ੇਸ਼ ਤੌਰ ਤੇ ਪੁੱਜਿਆ ਉਸ ਏਰੀਏ ਦੇ ਵਿੱਚੋਂ ਉਸ ਏਰੀਏ ਦੇ ਕਹਿੰਦੇ ਜ਼ਿਆਦਾਤਰ ਮੈਚ ਬੋਲਦਾ ਪਰ ਜੋਧੇ ਲਈ 100 ਬਲੈਤੀ ਧਰਮਸੋਤ ਕੋਟ ਗੰਗੂ ਰਾਏ ਅਤੇ ਗੁਰਮੀਤ ਮੰਗਟ ਆੜਦੀਆਂ ਕੁੱਬਿਆਂ ਵਾਲਾ ਜੋਧੇ ਲਈ 100 ਰੁਪਏ ਦੇ ਮਾਨ ਸਮਾਨ ਪੁੱਜਦੇ ਕਰਦਾ ਜੋਧੇ ਲਈ 100 हेलो दिलबर चनेर वाला साडा बाई अपनी गड्डी कोल पुज जावे लै वी गुरी वीर लाली प्रधान खजानची गुरी कुमर सैकटरी कुलवंत कांता साडा वीर उधर रूबी रूबी मांगड़ लाटो वाला साडा वीर नाली मनप्रीत सरपंच राइयां वाला इधर जनता कुंदर यूएसए बिंदरी यूएसए सुखबीर जसड़ जिन्हां वालों इस कबड्डी ते मेरी वीरो 100 रुपए दे मान होणगे लाओ सामने देखो उधर चरण कमल साडा वीर कबड्डी तो वीर पुजे है उन्होंने वालों भी 100 रुपया इस कबड्डी ते मान ने हाँ जी काले संघियां दी टीम जेतू है कहिंदे जी वीर नोट कर ली काले संघियां दी टीम कहिंदी पा इस मुकाबले जिहड़ी जेतू टीम रही है वरिंदर जी काले संघियां दी टीम जेतू रही है इस मैच दी हेलो बहुत ही शानदार मैच चल रहा है बबू वीर अगला मैच कड़ियां टीमों का ਕਿਹੜੀਆਂ ਟੀਮਾਂ ਦਾ ਮੈਚ ਸਟਾਰਟ ਹੋਣਾ ਮੈਚ ਹਲੋ ਸੋ ਬਈ ਕਿਹੜਾ ਮੈਚ ਵਾਂਦਰ ਡੋੜ ਵਰਸੇ ਮੈਚ ਖੇਡਿਆ ਜਾਣਾ ਮਨੌਲੀ ਦੇ ਦਰਮਿਆਨ ਅੱਛਾ ਜੀ ਵਾਂਦਰ ਡੋੜ ਵਰਸੇ ਮਨੌਲੀ ਉਸ ਤੋਂ ਬਾਅਦ ਉਸ ਤੋਂ ਪਹਿਲਾਂ ਜਿਹੜਾ ਇਹ ਮੈਚ ਸ਼ੁਰੂ ਹੋਣ ਲੱਗਾ ਇਹ ਮੈਚ ਹੈ ਸੈਂਪਲੀ ਵਰਸੇ ਸਮਾਣਾ ਕਿਉਂਕਿ ਵਾਂਦਰ ਡੋੜ ਵਾਲੇ ਕਹਿ ਕੇ ਗਏ ਸੀ ਵੀ ਮੈਚ ਸਭ ਤੋਂ ਲਾਸਟ ਕਰ ਦਿਓ ਤਾਂ ਕਰਕੇ ਇਹ ਸੈਕਿੰਡ ਲਾਸਟ ਮੈਚ ਹੈ ਇਸੇ ਮੈਚ ਤੋਂ ਬਾਅਦ ਵਿੱਚ ਮੈਚ ਹੋਵੇਗਾ ਵਾਂਦਰ ਡੋੜ ਦਾ ਬਾਂਦਰ ਡੋੜ ਵਰਸ ਸਮਾ ਉਧਰ ਕੁਲਵਿੰਦਰ ਖਹਿਰਾ ਵਾਲਾ ਸਾਡਾ ਵੀਰ ਆਉਣ ਵਾਲੀ 27 ਤਰੀਕ ਨੂੰ ਮੈਰਿਜ ਆ ਸਾਡੇ ਭਰਾ ਦੀ ਕੁਲਵਿੰਦਰ ਖਹਿਰਾ ਵਾਲੇ ਨੂੰ ਗੁੱਡ ਵਿਸ਼ੇਸ਼ ਦਿੰਨੇ ਆ ਵਧਾਈਆਂ ਦਿੰਨੇ ਆ ਨਾਲ ਲਾਲ ਜਸਪਾਲੋ ਵਾਲਾ ਖਜ਼ਾਨਚੀ ਹੈ ਕਲੱਬ ਦਾ ਹਰ ਸਾਲ ਜਸਪਾਲੋ ਪਿੰਡ ਵਿੱਚ ਖੇਡ ਮੇਲਾ ਕਰਵਾਉਂਦੇ ਆ ਲਾਲ ਤੇ ਕੁਲਵਿੰਦਰ ਖਹਿਰੇ ਨੂੰ ਅਸੀਂ ਨਿੱਘੀ ਜੀਆਂ ਆਖਦੇ ਆ
ਉਧਰ ਪ੍ਰਿਤਪਾਲ ਪੋਲਾ ਸਾਡਾ ਵੀਰ ਸਰਪੰਚ ਪਿੰਡ ਧਨੌਰ ਵਾਲਾ, ਉਧਰ ਰਣਜੀਤ ਚਹਿਲਾ ਵਾਲਾ ਸਾਡਾ ਵੀਰ ਕੱਲ 40 ਸਾਲਾਂ ਦੇ ਸ਼ੋਅ ਮੈਚ ਵੀ ਬੜੇ ਤਕੜੇ ਜੱਫੇ ਲਾਏ ਹੈ। ਹਰਜੀਤ ਚਹਿਲਾ ਦਾ ਕਹਿੰਦੇ ਅੱਜ ਮਨੀ ਪ੍ਰਧਾਨ ਬਾਲੇ ਵੱਲੋਂ ਸੋਨੇ ਦੀ ਮੁੰਦੀ ਨਾਲ ਮਾਨ ਸਨਮਾਨ ਕੀਤਾ ਜਾਣਾ ਹੈ। ਉਹਦੇ ਰੁਪਿੰਦਰ ਜਲਾਲ ਅੰਮ੍ਰਿਤ ਚੀਮਾ ਬਸੀਆਂ ਕਬੱਡੀ ਵਾਈਫਾਈ ਪੇਜ ਵਾਲਾ, ਨਾਲ ਹੀ ਕਬੱਡੀ ਦਾ ਮਾਨ ਬੁਲਾਰਾ ਸਾਡਾ ਵੀਰ ਬੱਬੂ ਖਾਨੇ ਵਾਲਾ, ਜਿਨ੍ਹਾਂ ਦਾ ਗੋਲਡ ਰਿੰਗਸ ਦੇ ਨਾਲ ਸਨਮਾਨ ਕੀਤਾ ਜਾਣਾ ਹੈ। ਇਧਰ ਪਿਰਤਾ ਸ਼ੇਰਗੜ੍ਹ ਚੀਮਿਆਂ ਵਾਲਾ ਅਮਰੀਕ ਬਾਈ ਸਾਡਾ ਖੋਸੇ ਕੋਟਲੇ ਵਾਲਾ, ਲੈ ਵੀ ਅਮਰੀਕ ਬਾਈ ਜਦ ਜੀ ਕਰੂ ਤਾਦੀ ਦੱਸਦੀ ਮਾਈਕ ਤੇ ਸਾਂਝ ਪਾਉਣੀ ਸਾਡੇ ਵੀਰ ਨੇ ਫਿਰ ਮੇਰੀ ਵੀਰਿਓ। ਇਸ ਵੇਲੇ ਬੜੇ ਤਕੜੇ ਮੈਚ ਖੇਡੇ ਜਾ ਰਹੇ ਹੈ ਟੀਮਾਂ ਦੇ ਦਰਮਿਆਨ। ਇੱਕ ਬੇਨਤੀ ਹੈ ਵੀ ਜਿਹੜੀਆਂ ਟੀਮਾਂ ਦਾ ਮੈਚ ਨਹੀਂ ਉਹ ਗਰਾਊਂਡ ਤੋਂ ਥੋੜਾ ਬਾਹਰ ਹੋ ਜਾਣ। ਜਿਹੜੀਆਂ ਟੀਮਾਂ ਦਾ ਮੈਚ ਅਜੇ ਨਹੀਂ ਛੇਤੀ ਉਹ ਗਰਾਊਂਡ ਤੋਂ ਬਾਹਰਲੀ ਸਾਈਡ ਹੋ ਕੇ ਆਇਆ ਜੋਤ ਆਇਆ। ਹਰੇਕ ਵਾਰ ਤੇਰੀ ਨਹੀਂ ਚੱਲਣੀ, ਮੇਰੀ ਵੀ ਮਿਲਣੀ ਪੈਣੀ ਤੈਨੂੰ। ਵੈਸੇ ਤਾਂ ਵਿਅਕਤੀਗਤ ਕਰਤੱਵ ਬੰਦ ਨੇ, ਪ੍ਰਧਾਨ ਲਾਲੀ ਜੀ ਖਜ਼ਾਨਚੀ ਗੁਰੀ ਕੁੰਦਰ, ਇਹ ਬੱਚਾ ਜਿਹੜਾ ਇਸ ਦੇ ਪਿਤਾ ਇਸ ਦੁਨੀਆਂ ਵਿੱਚ ਨਹੀਂ ਰਹੇ, ਪਿਤਾ ਦਾ ਸਾਇਆ ਇਸ ਬੱਚੇ ਦਾ ਸਿਰ ਤੋਂ ਉੱਠ ਗਿਆ। ਇਸ ਬੱਚੇ ਨੇ ਜਿਮਨਾਸਟਿਕ ਦੀ ਖੇਡ ਕਰਕੇ ਦਿਖਾਉਣੀ ਹੈ, ਇਸ ਬੱਚੇ ਦਾ ਜਿੰਨਾ ਵੀ ਹੋ ਸਕੇ ਆਪਾਂ ਮਾਣ ਵਧਾਉਣਾ। ਉਧਰ ਸੁਖਵੀਰ ਜੱਸੜ ਜੰਟਾ ਯੂ ਐਸ ਏ, ਨਾਲ ਹੀ ਬਿੰਦਰੀ ਯੂ ਐਸ ਏ, ਜਿਹਨਾਂ ਵੱਲੋਂ ਮੇਰੇ ਵੀਰੇ ਬਹੁਤ ਸਾਰਾ ਮਾਣ ਕੀਤਾ ਜਾ ਰਿਹਾ ਮੈਦਾਨ ਵਿੱਚ ਇਹਨਾਂ ਖਿਡਾਰੀਆਂ ਦਾ। ਚੱਲ ਵੀ ਜੋ ਤੁਸੀਂ ਇਸੇ ਤਰ੍ਹਾਂ ਗਰਾਊਂਡਾਂ ਨਾਲ ਜੁੜਿਆ ਰਹਿਣਾ ਨਸ਼ਿਆਂ ਤੋਂ ਬਚ ਕੇ। ਲੈ ਵੀ ਮਨਦੀਪ ਕਹਿੰਦੇ ਰੱਬ ਕੋਲੋਂ ਜਿੰਦਾ ਸੀ ਹੱਥ ਜੋੜ ਲਈ, ਪਿੰਡ ਘੜਿਆਣੇ ਵਿੱਚ ਪ੍ਰਗਟ ਕਹਿੰਦੇ ਸੀ ਸਿਰੇ ਦਾ ਨਸ਼ਈ, ਜੱਖੂ ਛੱਡ ਗਿਆ ਨਸ਼ੇ ਪੱਤੇ, ਬੈਠਾ ਫੁੱਲਾਂ ਵਾਂਗੂ ਟੈਕ, ਕੇ ਪੀ ਕੇ ਲੱਖਾਂ ਦੀ ਸਮੈਕ ਹੋਇਆ ਗੱਭਰੂ ਮਲੈਕ, ਪੀ ਕੇ ਲੱਖਾਂ ਦੀ ਸਮੈਕ ਹੋਇਆ ਗੱਭਰੂ ਮਲੈਕ। ਦਵਿੰਦਰ ਨਿਊਜ਼ੀਲੈਂਡ, ਨਾਲ ਹੀ ਪ੍ਰਿਤਪਾਲ ਸਾਡਾ ਵੀਰ ਸੁਖਚੈਨ ਵੀਰ ਆਸਟ੍ਰੇਲੀਆ ਵਾਲੇ, ਜਿਹਨਾਂ ਵੱਲੋਂ ਮੋਟਰਸਾਈਕਲ ਸਪੋਂਸਰ ਕੀਤੇ ਗਏ ਹੈ। ਦਿਲਵੀਰ ਯੂ ਐਸ ਏ, ਜਿਹਨਾਂ ਵੱਲੋਂ ਪੰਜਾਬੀ ਬੋਲੀ ਪੰਜਾਬੀ ਮਾਂ ਬੋਲੀ ਦੇ ਸ਼ਬਦਾਂ ਤੋਂ ਖੁਸ਼ ਹੋ ਕੇ 500 ਦੇ ਮਾਨ ਪੁੱਜੇ ਹੈ, ਬਹੁਤ ਬਹੁਤ ਧੰਨਵਾਦ ਹੈ। 500 ਦੇ ਮਾਨ ਪੁੱਜੇ ਸਾਡੇ ਭਰਾਵਾਂ ਵੱਲੋਂ, ਮਾਈਕ ਤੇ ਸਾਡਾ ਸਤਿਕਾਰਯੋਗ ਵੀਰ ਬੱਬੂ ਖੰਨੇ ਵਾਲਾ। ਹਾਂਜੀ ਬਹੁਤ ਬਹੁਤ ਧੰਨਵਾਦ, ਬਹੁਤ ਹੀ ਵਧੀਆ ਮੈਚ ਇਸ ਵੇਲੇ ਕਹਿੰਦੇ ਖੇਡਾ ਜਿਹੜਾ ਜਾ ਰਹੇ ਹੈ। ਧਨਾਸ ਪਿੰਡ ਹੈ ਕਹਿੰਦੇ ਇਸੇ ਨੌਜਵਾਨ ਦਾ, ਇਸੇ ਸਾਲ ਸਿਰਾ ਕੀਤਾ ਕਹਿੰਦੇ ਜੱਟ ਨੇ ਇੰਗਲੈਂਡ ਦੇ ਖੇਡ ਗਰਾਊਂਡਾਂ ਵਿੱਚ। ਇਸੇ ਕਬੱਡੀ ਉੱਤੇ ਬਿੱਟੂ ਕੂਨਰ ਸਾਡੇ ਵੀਰ ਦੇ ਵੱਲੋਂ, ਉੱਥੇ ਕੇਸਰ ਸਿੰਘ ਜੀ ਧਾਲੀਵਾਲ ਕਹਿੰਦੇ ਇੰਗਲੈਂਡ ਵਿੱਚ ਵੱਸਦੇ ਹੈ, ਉਹਨਾਂ ਵੱਲੋਂ ਵੱਡੇ ਮਾਨ ਸਨਮਾਨ ਜਿਹੜੇ ਇਸੇ ਕਬੱਡੀ ਉੱਤੇ ਦਿੱਤੇ ਜਾਣਗੇ। ਇੱਧਰ ਗੁਰੀ ਵੀਰ ਉਹਨਾਂ ਦੇ ਕਹਿੰਦੇ ਬਹੁਤ ਵੱਡੀ ਜ਼ਿੰਮੇਵਾਰੀ ਹੈ, ਗੁਰੀ ਵੀਰ ਉਹਨਾਂ ਦੇ ਕਹਿੰਦੇ ਬਹੁਤ ਵੱਡੀ ਜ਼ਿੰਮੇਵਾਰੀ ਹੈ। ਇੱਧਰ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ, ਬਾਡੀ ਬਿਲਡਿੰਗ ਦੀ ਦੁਨੀਆ ਵਿੱਚ ਬਹੁਤ ਵੱਡਾ ਨਾਮ ਹੈ, ਰੋਹੀਸ਼ ਖੇੜਾ ਜੀ ਲੁਧਿਆਣੇ ਤੋਂ ਕਹਿੰਦੇ ਵਿਸ਼ੇਸ਼ ਤੌਰ ਤੇ ਚੱਲ ਕੇ ਆਏ ਆ। ਰੋਹੀਸ਼ ਖੇੜਾ ਜੀ ਵਿਸ਼ੇਸ਼ ਤੌਰ ਤੇ ਬਹੁਤ ਬਹੁਤ ਧੰਨਵਾਦ ਰੋਹੀਸ਼ ਖੇੜਾ ਜੀ ਦਾ, ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਨੇ ਵਿਸ਼ੇਸ਼ ਤੌਰ ਤੇ ਅੱਜ ਮਾਣ ਸਨਮਾਨ ਕਹਿੰਦੇ ਜਿਹਨਾਂ ਦਾ ਕੀਤਾ ਜਾਵੇਗਾ। ਉਧਰਲੇ ਪਾਸੇ ਕਹਿੰਦੇ ਸਮਾਣੇ ਵਾਲੇ ਬੰਨੀ ਦਾ ਛੋਟਾ ਵੀਰ ਹੈ, ਇਹ ਹੈ ਕਹਿੰਦੇ ਲਾਲੀ ਸਮਾਣੇ ਪਿੰਡ ਵਾਲਾ, ਕਹਿੰਦੇ ਇਸ ਵੇਲੇ ਰੇਡ ਪਾ ਰਹੇ ਹੈ ਸਮਾਣੇ ਵਾਲਾ ਇਸ ਵੇਲੇ ਲਾਲੀ। ਉਧਰ ਸ਼ੀਰਾ ਪਿੱਥੋਂ ਦਾ ਕਿ ਪਿੰਡੇ ਦਾ ਪਿੱਥੋਂ ਏਰੀਆ ਰਾਮਪੁਰੇ ਫੂਲ ਦਾ, ਕੌਡੀ ਦੇ ਮੈਦਾਨਾਂ ਵਿੱਚ ਝੰਡਾ ਇਹਦਾ ਝੂਲਦਾ, ਕੌਡੀ ਦੇ ਮੈਦਾਨਾਂ ਵਿੱਚ ਝੰਡਾ ਇਹਦਾ ਝੂਲਦਾ। ਸਾਬੀ ਕੂਨਰ ਅਤੇ ਬਿੱਟੂ ਕੂਨਰ ਵੱਲੋਂ ਲਾਲੀ ਲਈ 200 ਰੁਪਇਆ, ਲੈ ਵੀ ਲਾਲੀ ਇਹ ਮਾਇਆ ਮੇਤੋਂ ਨਾਲ ਦੀ ਨਾਲੇ ਪ੍ਰਾਪਤ ਕਰਦਾ, ਲਾਲੀ ਦੇ ਲਈ 200 ਰੁਪਇਆ। ਓਮ ਗੱਲ ਕਰੂ ਇਸ ਪਾਈ ਹੋਈ ਕਬੱਡੀ ਦੀ। ਦਲਵੀਰ ਦਲਵੀਰ ਕੂਨਰ ਯੂ ਐਸ ਏ ਵਿੱਚ ਵੱਸਦੇ ਸਾਡੇ ਵੀਰ, ਨਾਲ ਹੀ ਦੱਸੋ ਕੌਣ ਹੋਰ, ਦਲਵੀਰ ਯੂ ਐਸ ਏ ਪਿਰਤਾ ਆਸਟ੍ਰੇਲੀਆ, ਜਿਹਨਾਂ ਵੱਲੋਂ 200 ਰੁਪਇਆ ਹਰੇਕ ਜੱਫੇ ਤੇ 200 ਦੇ ਮਾਨ ਹੋਣਗੇ। ਲੈ ਵੀ ਖੰਨੇ ਵਾਲਿਆਂ ਨੋਟ ਕਰ ਲਈ, ਕਿੰਨਾ ਵੱਲੋਂ ਜੀ ਕਬੱਡੀ ਕਲੱਬ ਦੇ ਚੌਥੇ ਰਾਊਂਡ ਦੀਆਂ ਟਾਈਆਂ। ਕੇਸਰ ਸਿੰਘ ਜੀ ਧਾਲੀਵਾਲ ਉਹਨਾਂ ਵੱਲੋਂ 100 ਰੁਪਏ ਇਸੇ ਜਫੇ ਦੇ, ਕੇਸਰ ਸਿੰਘ ਜੀ ਧਾਲੀਵਾਲ ਇੰਗਲੈਂਡ ਵੱਲੋਂ 100 ਰੁਪਏ ਇਸੇ ਜਫੇ ਤੋਂ ਖੁਸ਼ ਹੋ ਗਏ। ਇਧਰ ਸਮੁੱਚੀ ਸਪੋਰਟਸ ਕਲੱਬ ਦੇ ਵੱਲੋਂ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਕਹਿੰਦੇ ਕੀਤਾ ਜਾਣਾ, ਬਹੁਤ ਹੀ ਮਾਣਯੋਗ ਅਤੇ ਸਤਿਕਾਰਯੋਗ ਸ਼ਖਸੀਅਤ, ਬਾਡੀ ਬਿਲਡਿੰਗ ਦੀ ਦੁਨੀਆ ਦੇ ਵਿੱਚ ਕਹਿੰਦੇ ਬਹੁਤ ਵੱਡਾ ਨਾਮ ਹੈ ਰੋਹੀਸ਼ ਖੇੜਾ ਜੀ। ਰੋਹੀਸ਼ ਖੇੜਾ ਜੀ
ਵਿਸ਼ੇਸ਼ ਤੌਰ ਤੇ ਮਾਣ ਸਨਮਾਨ ਸਾਡੀ ਖੇਡ ਕਲੱਬ ਦੇ ਵੱਲੋਂ ਜਿਹੜਾ ਕੀਤਾ ਜਾ ਰਿਹਾ ਹੈ। ਅਸੀਂ ਮਾਣ ਮਹਿਸੂਸ ਕਰਦੇ ਹਾਂ ਸਾਡੀ ਸਪੋਰਟਸ ਕਲੱਬ ਦੇ ਵੱਲੋਂ ਰਹੀਸ਼ ਖੇੜਾ ਜੀ ਦਾ ਵਿਸ਼ੇਸ਼ ਤੌਰ ਤੇ ਮਾਣ ਸਨਮਾਨ ਜਿਹੜਾ ਕੀਤਾ ਜਾ ਰਿਹਾ ਹੈ। ਬਹੁਤ ਬਹੁਤ ਧੰਨਵਾਦ ਸਮੁੱਚੀ ਸਪੋਰਟਸ ਕਮੇਟੀ ਦਾ। ਸਨਮਾਨਯੋਗ ਸ਼ਖਸੀਅਤਾਂ ਦੇ ਵਿਸ਼ੇਸ਼ ਤੌਰ ਤੇ ਜਿੱਦਾਂ ਪਹਿਲਾਂ ਵੇਖਿਆ ਵੀ ਗਗਨ ਕੁਕਰੀ ਮਹਿਤਾਬ ਬਿਰਕ ਸਾਡੇ ਵੀਰਾਂ ਦੇ ਵਿਸ਼ੇਸ਼ ਤੌਰ ਤੇ ਕਹਿੰਦੇ ਮਾਣ ਸਨਮਾਨ ਜਿਹੜੇ ਕੀਤੇ ਗਏ ਹੈ। ਇੱਧਰ ਮੁਕਾਬਲਾ ਜਿਹੜਾ ਖੇਡਿਆ ਜਾ ਰਿਹਾ ਸੈਂਪਲੀ ਸਾਹਿਬ ਦਾ ਹੈਪੀ ਕਹਿੰਦੇ ਰੇਟ ਪਾਉਂਦਾ ਹੋਇਆ 100 ਇਸੇ ਪਾਈ ਹੀ ਕਬੱਡੀ ਤੇ ਕੇਸਰ ਸਿੰਘ ਜੀ ਧਾਲੀਵਾਲ ਯੂਕੇ ਵਾਲਿਆਂ ਵੱਲੋਂ ਕਹਿੰਦੇ 100 ਰੁਪਇਆ ਇਸ ਕਬੱਡੀ ਉੱਤੇ ਵੱਡੇ ਮਾਣ ਜਿਹੜੇ ਦਿੱਤੇ ਜਾਣਗੇ। ਇਹਦੇ ਸਾਡੇ ਵੱਡੇ ਵੀ ਰੋਹੀਸ਼ ਖੇੜਾ ਜੀ ਦੁਨੀਆ ਭਰ ਦੇ ਸੁਪਰ ਸਟਾਰ ਬਾਡੀ ਬਿਲਡਰ ਰਹੇ ਹੈ ਕਿ ਨਿੱਤ ਜਿਮ ਵਿੱਚ ਜਾ ਕੇ ਹੈ ਵੇਟ ਮਾਰਦਾ ਫਿਰ ਇਹ ਗੁੰਦਵੇਂ ਸਰੀਰ ਨੂੰ ਸ਼ਿੰਗਾਰਦਾ ਬੜੀ ਖੂਨ ਵਿੱਚ ਤੇਜ਼ ਹੈ ਰਵਾਨੀ ਗੱਭਰੂ ਸ਼ੌਕੀਨ ਹੋ ਗਿਆ ਕਹਿੰਦੇ ਨਵੀਂ ਨਵੀਂ ਚੜ੍ਹ ਗਈ ਜਵਾਨੀ ਲਾਓ ਇਸ ਵੇਲੇ ਜਵਾਨੀ ਚੜ੍ਹੀ ਹੋਈ ਹੈ ਮੇਰੇ ਵੀਰਿਓ ਉਹਦੇ ਡਾਬੇ ਵਾਲਾ ਵੀਰ ਸਾਡਾ ਜਿਹਦੇ ਸਾਥੀਆਂ ਨੂੰ ਉਡੀਕ ਰਿਹਾ ਗੁਰਦੁਆਰੇ ਅੱਗੇ ਲਾਲੀ ਮੈਂ ਨਾਮ ਭੁੱਲ ਗਿਆ ਵੀਰ ਦਾ ਡਾਬੇ ਤੋਂ ਵੀਰ ਸਾਡਾ ਪੁੱਜਿਆ ਆਪਣੇ ਸਾਥੀਆਂ ਨਾਲ ਸੰਪਰਕ ਬਣਾ ਲਵੇ ਉਹਦੇ ਸੁਖਵੀਰ ਜੱਸੜ ਜਾਂਟਾ ਕੁੰਦਰ ਯੂਐਸਏ ਬਿੰਦਰੀ ਯੂਐਸਏ ਉਹਦੇ ਦਲਵੀਰ ਯੂਐਸਏ ਪ੍ਰਿਤਪਾਲ ਔਰ ਸੁਖਚੈਨ ਆਸਟ੍ਰੇਲੀਆ ਜਿਹਨਾਂ ਵੱਲੋਂ ਸ਼ੀਰੇ ਦੇ ਹਰ ਇੱਕ ਜੱਫੇ ਤੇ 200 ਦੇ ਮਾਣ ਹੋਣਗੇ 200 ਦੇ ਮਾਣ। ਹੈਲੋ ਕਈ ਦਰਸ਼ਕ ਸਾਨੂੰ ਗਾਲਾਂ ਕੱਢਦੇ ਹੋਣਗੇ ਵੀ ਆ ਵਿੱਚ ਫਿਰੀ ਜਾਂਦੇ ਆ ਗਰਾਊਂਡ ਦੇ ਇਹਨਾਂ ਨੂੰ ਨਹੀਂ ਬਿਠਾਉਂਦੇ ਪ੍ਰਦੀਪ ਗਰਾਊਂਡ ਵਿੱਚ ਆ ਰਹੇ ਸਾਡਾ ਪ੍ਰਦੀਪ ਚੱਕਰ ਤੁਹਾਨੂੰ ਦੱਸ ਦਿੰਦੇ ਆ ਵੀ ਕੀ ਚੱਕਰ ਪਿਆ ਟੀਮਾਂ ਕਿਉਂ ਇੰਨੀਆਂ ਆ ਗਈਆਂ ਗਰਾਊਂਡ ਦੇ ਵਿੱਚ ਪਹਿਲਾਂ ਕਲੱਬ ਵਾਲੇ ਕਹਿੰਦੇ ਸੀ ਵੀ 2 ਮੈਚ ਜਿਹੜੇ ਹੋਰ ਆਪਾਂ 20 ਨੰਬਰ ਗਰਾਊਂਡ ਵਿੱਚ ਕਰਵਾਉਣੇ ਆ ਪਰ ਐਟ ਟਾਈਮ ਦੇ ਉੱਤੇ ਕਹਿੰਦੇ ਜਿਹੜੀ ਸਲਾਹ ਬਦਲ ਗਈ ਕਹਿੰਦੇ ਸਾਰੇ ਮੈਚ ਇੱਧਰ ਹੀ ਕਰਵਾਉਣੇ ਆ ਤਾਂ ਕਰਕੇ ਇਹ ਸਾਰੀਆਂ ਟੀਮਾਂ ਜਿਹੜੀਆਂ ਇੱਧਰ ਆ ਗਈਆਂ 1 ਨੰਬਰ ਗਰਾਊਂਡ ਵਿੱਚ ਪਰ ਇਸ ਮੈਚ ਤੋਂ ਬਾਅਦ ਇਸ ਰਾਊਂਡ ਦਾ ਲਾਸਟ ਮੈਚ ਖੇਡਿਆ ਜਾਵੇਗਾ ਉਸ ਤੋਂ ਬਾਅਦ ਵਿੱਚ ਕੁਆਟਰ ਫਾਈਨਲ ਫਿਰ ਸੈਮੀ ਦੀ ਗੱਲ ਫਿਰ ਜਿੱਦਾਂ ਰੁਪਿੰਦਰ ਨੇ ਗੱਲ ਕੀਤੀ ਵੀ ਕਿਹੜੇ ਭਾਗਾਂ ਵਾਲੇ ਕਹਿੰਦੇ 2 ਖਿਡਾਰੀ ਹੋਣਗੇ ਜਿਹੜੇ ਅੱਜ ਬੈਸਟ ਰੇਡਰ ਦੇ ਜਾਫੀ ਬਣਨਗੇ ਕੋਟ ਗੰਗੂ ਰਾਜ ਦੇ ਖੇਡ ਮੇਲੇ ਤੋਂ ਲਓ ਸਮਾਣਾ ਪਿੰਡ ਹੈ ਕਹਿੰਦੇ ਇਸ ਨੌਜਵਾਨ ਦਾ ਇਹ ਹੈ ਕਹਿੰਦੇ ਬੰਨੀ ਦਾ ਛੋਟਾ ਵੀਰ ਲਾਲੀ ਸਮਾਣੇ ਵਾਲਾ ਕਬੱਡੀ ਪਾ ਕੇ ਅੰਕ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਇਸ ਕਬੱਡੀ ਉੱਤੇ 100 ਰੁਪਇਆ ਕੇਸਰ ਸਿੰਘ ਜੀ ਧਾਲੀਵਾਲ ਯੂਕੇ ਵਾਲਿਆਂ ਵੱਲੋਂ ਕਹਿੰਦੇ 100 ਰੁਪਏ ਦੇ ਮਾਣ ਜਿਹੜੇ ਦਿੱਤੇ ਜਾਣਗੇ। ਗੁਰੀ ਕੂਨਰ ਸਾਡਾ ਭਰਾ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਹਿੰਦੇ ਸਾਡੇ ਵੀਰ ਦੇ ਉੱਤੇ 22 ਅਤੇ 23 ਨਵੰਬਰ ਭੈਣੀ ਸਾਹਿਬ ਵਿੱਚ ਕਹਿੰਦੇ ਕਬੱਡੀਆਂ ਪੈਣਗੀਆਂ 21-22 ਅਤੇ 23 ਨਵੰਬਰ ਨੂੰ ਭੈਣੀ ਸਾਹਿਬ ਦੀ ਧਰਤੀ ਉੱਤੇ ਕਹਿੰਦੇ ਕਬੱਡੀਆਂ ਪੈਣਗੀਆਂ। ਇੱਕ ਸਾਈਡ ਨੌਜਵਾਨ ਹੈਲੋ ਇੱਕ ਸਾਈਡ ਕਹਿੰਦੇ ਸਮਾਣੇ ਵਾਲਾ ਗੱਭਰੂ ਹੈ ਮੇਰੇ ਵੀਰੋ ਲਓ ਜਿੱਤੇ ਜੱਫਾ ਲੱਗ ਗਿਆ 200 ਰੁਪਇਆ ਕੇਸਰ ਸਿੰਘ ਜੀ ਧਾਲੀਵਾਲ ਇੰਗਲੈਂਡ ਵੱਲੋਂ ਕਹਿੰਦੇ 200 ਰੁਪਇਆ ਇਸੇ ਜੱਫੇ ਤੋਂ ਖੁਸ਼ ਹੋ ਕੇ ਹੈ। ਲੈ ਜੀ ਕੜਿਆਣੇ ਵਾਲਿਆ ਗੱਲ ਕਰ ਲਾਲੀ ਦੀ ਪਾਈ ਹੋਈ ਕਬੱਡੀ ਦੀ ਗੱਭਰੂਆ ਉਧਰ ਲਾਲੀ ਰੋਲਿਆਂ ਵਾਲਾ ਸਾਡਾ ਜ਼ਿੰਦਗੀ ਦਾ ਬਹੁਤ ਪਿਆਰਾ ਵੀਰ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜਿਆ ਹੋਇਆ ਅਟੈਚਾਂ ਵਾਲਾ ਲਾਲੀ ਵੀ ਸਾਡਾ ਪੁੱਜਿਆ ਹੋਇਆ ਗਾਂ ਵਾਲਾ ਮੈਂ ਜੀ ਠੀਕ ਹੈ ਠੀਕ ਹੈ। ਇੱਧਰ ਲਾਈਨ ਲਾਈ ਗਈ ਆ ਸਾਡਾ ਵੀਰ ਜਾਂਟਾ ਆਖਦਾ ਵੀ ਜਿੰਨੇ ਵੀ ਐਕਸਪੀਰੀਅੰਸ ਪਲੇਅਰ ਨੇ ਉਹ ਲਾਈਨ ਤੋਂ ਪਿੱਛੇ ਬੈਠਣਗੇ ਜਿਹੜੀ ਵੀ ਟੀਮ ਦਾ ਪਲੇਅਰ ਲਾਈਨ ਤੋਂ ਅੱਗੇ ਆਇਆ ਉਹਨਾਂ ਦਾ ਇੱਕ ਪੁਆਇੰਟ ਕੱਟਿਆ ਜਾਣਾ ਵੀ ਸਾਰੇ ਖਿਡਾਰੀ ਨੋਟ ਕਰ ਲਓ ਸਾਰੀਆਂ ਟੀਮਾਂ ਦੇ ਖਿਡਾਰੀਆਂ ਨੂੰ ਬੇਨਤੀ ਹੈ ਇਹ ਗੱਲ ਜਿਹੜੀ ਨੋਟ ਕੀਤੀ ਜਾਵੇ। ਲਓ ਮੈਦਾਨ ਦੇ ਅੰਦਰ ਫਿਰ ਆਪਾਂ ਵੇਖਦੇ ਵੀ ਇਸ ਵੇਲੇ ਪੈਂਦੀ